तन तन गुरु ग्रीव निवा आए अनक जन्म परमत सरनी उदर दे अंधकूप ते लाभ अपने चरनी ज्ञान त्यान किस कर्म न जाना नाहे ना निर्मल करनी साध संगत के अंचल लाभ बिखम नदी जय तरनी तू दरियाओ दाना बिना दरियाओ दाना बिना मैं मछली कैसे अंत लहा जह जह पेखा तह तह तू है तुझ दैनिक से फूट मरा कत की माई बाप कत के राग तू था वो हम आए अग्न बिंब जल भीतर निप जाए अग्न बिंब जल भीतर निप जाए काहे कम उपाए मेरे साहबा कौन जाने गुण तेरे कहीं ना जानी अगुण मेरे ऊच पार बेअंत स्वामी ऊच पार बेअंत स्वामी कौन जाने गुण तेरे गावत उधरे सुनते उधरे बिन से पाप कनेरे पशु प्रेत मुगद को तारे पाहन पारे उतारे नानक दास तेरी सरनाई सदा सदा बलिहारे जी मैं मछली सार ना जाना तू दरे आओ मालका जी मैं मछली सार ना जाना तू दरे आओ वाहे गुरु जी मैं मछली सार सार ना जाना
ਤੂੰ ਦਰਿਆ ਮਾਲਕਾ ਜੀ ਮੈਂ ਮਛਲੀ ਚਾਰ ਮਛਲੀ ਸਾਰ ਨਾ ਜਾਣਾ ਜੀ ਮੈਂ ਮਛਲੀ ਸਾਰ ਨਾ ਜਾਣਾ ਜੀ ਮੈਂ ਮਛਲੀ ਸਾਰ ਨਾ ਜਾਣਾ ਜੀ ਮੈਂ ਮਛਲੀ ਸਾਰ ਨਾ ਮਛਲੀ ਸਾਰ ਨਾ ਜਾਣਾ ਤੂੰ ਦਰਿਆ ਵਾਹਿਗੁਰੂ ਮਛਲੀ ਸਾਰ ਨਾ ਜਾਣਾ ਤੂੰ ਦਰਿਆ ਮਾਲਕਾ ਜੀ ਮੈਂ ਮਛਲੀ ਕੈਸੇ ਅੰਤ ਲਹਾ ਜੈ ਜੈ ਪਿਖਾ ਤੈ ਤੈਨੂੰ ਹੈ ਕੁਝ ਤੈ ਨਿਕਸੈ ਭੂਤ ਭਰਾ ਪਰਮ ਮਾਨ ਸਨਮਾਨ ਤੇ ਸਤਿਕਾਰ ਜੋ ਸਤਿਗੁਰਾਂ ਦੀ ਪਾਵਨ ਔਰ ਪਵਿੱਤਰ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਸਵਾਏ ਮਾਨ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਸਤਿਕਾਰੀ ਸਤਿਗੁਰ ਜੀ ਦਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਵੱਡੇ ਕਰਮਾਂ ਤੇ ਉੱਤਮ ਕਰਮਾਂ ਦੀ ਨਿਸ਼ਾਨੀ ਸਾਧ ਸੰਗਤ ਵਿੱਚ ਪਹੁੰਚਣਾ ਹੈ ਵੱਡੇ ਭਾਗਾਂ ਕਰਕੇ ਸਾਧ ਸੰਗਤ ਪ੍ਰਾਪਤ ਹੋਈ ਹੈ ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਸਾਡੇ ਜੀਵਾਂ ਤੇ ਵਾਹਿਗੁਰੂ ਨੇ ਤਰਸ ਕੀਤਾ ਹੈ ਜਿਨ੍ਹਾਂ ਤੇ ਪਰਮੇਸ਼ਰ ਗੁਰੂ ਤਰਸ ਕਰਦਾ ਹੈ ਮਹਾਰਾਜ ਬਚਨ ਕਰਦੇ ਨੇ ਤਰਸ ਪਿਆ ਮਿਹਰਾਂ ਮਤ ਹੋਈ ਤਰਸ ਆਇਆ ਤੇ ਮਿਹਰ ਕੀਤੀ ਸੁਮਤ ਪ੍ਰਾਪਤ ਹੋਈ ਤਰਸ ਪਿਆ ਮਿਹਰਾਂ ਮਤ ਹੋਈ ਸਤਿਗੁਰ ਸੱਜਣ ਮਿਲਿਆ ਸਤਿਗੁਰਾਂ ਦੇ ਦਿਦਾਰੇ ਹੋਏ ਗੁਰੂ ਦੇ ਚਰਨ ਪਰਸਨ ਦਾ ਸੁਭਾਗ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾਂ ਤਨ ਮਨ ਥੀਵੇ ਹਰਿਆ ਜੀਵਨ ਕਦੋਂ ਹੈ ਜਦੋਂ ਨਾਮ ਦੀ ਪ੍ਰਾਪਤੀ ਹੋ ਜਾਂਦੀ ਹੈ ਨਾਮ ਨਾਲ ਸੁਰਤ ਜੁੜ ਜਾਂਦੀ ਸਤਿਗੁਰਾਂ ਨੇ ਕਿਰਪਾ ਕੀਤੀ ਦ੍ਰਿਸ਼ਟੀ ਕੀਤੀ ਦਇਆ ਕੀਤੀ ਸਤਸੰਗਤ ਦੀ ਘੜੀ ਬਖਸ਼ੀ ਨਾਮ ਦੀ ਪ੍ਰਾਪਤੀ ਸਾਧ ਸੰਗਤ ਜੀ ਉਹ ਨਾਮ ਪ੍ਰਾਪਤ ਹੋ ਜਾਵੇ ਨਾਮ ਨਾਲ ਬਿਰਤੀ ਜੁੜ ਜਾਵੇ ਆਪਣੇ ਨਿੱਜ ਆਨੰਦ ਸਰੂਪ ਸ਼ੁੱਧ ਸਰੂਪ ਵਿੱਚ ਬਿਰਤੀ ਲੱਗ ਜਾਵੇ ਆਪਣੇ ਆਪ ਨੂੰ ਪਛਾਣ ਲਵੇ
ਆਪਣੇ ਅੰਦਰ ਛੁਪੇ ਰੱਬ ਨੂੰ ਪਰਮਾਤਮਾ ਨੂੰ ਜਾਣ ਲਵੇ ਇਹ ਜੀਵ ਆਤਮਾ ਪਰਮ ਆਤਮਾ ਬਣ ਜਾਵੇ ਪਰਮਾਤਮਾ ਨੂੰ ਮਿਲ ਜਾਵੇ ਜੀਵ ਪੁਣੇ ਦਾ ਭਾਵ ਲੈ ਜਾਵੇ ਨਿੱਜ ਸਰੂਪ ਦੀ ਸੋਝੀ ਹੋਵੇ ਇਹ ਸਤਿਗੁਰਾਂ ਦੇ ਚਰਨਾਂ ਵਿੱਚੋਂ ਪ੍ਰਾਪਤ ਹੁੰਦੀ ਹੈ ਇਸ ਕਰਕੇ ਨਾਮ ਹੀ ਜੀਵਨ ਹੈ ਸਤਸੰਗ ਜੀ ਜਦੋਂ ਨਾਮ ਪ੍ਰਾਪਤ ਹੋ ਜਾਵੇ ਨਾਮ ਭਾਵ ਨਾਮੀ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਬ੍ਰਹਮ ਸਰੂਪ ਪਰਮਾਤਮਾ ਨਿਰਗੁਣ ਸਰੂਪ ਵਾਹਿਗੁਰੂ ਉਹ ਜਦੋਂ ਉਹ ਅਵਸਥਾ ਆਉਂਦੀ ਹੈ ਉਦੋਂ ਨਾਮ ਨੂੰ ਜਾਣ ਲੈਂਦਾ ਜੀ ਨਾਮ ਨਾਲ ਸਾਂਝ ਪੈ ਜਾਂਦੀ ਹੈ ਨਾਮ ਨਾਲ ਬਿਰਤ ਜੁੜ ਜਾਂਦੀ ਹੈ ਹੋ ਦਿਆਲ ਨਾਮ ਦੇਹੋ ਮੰਗਤ ਜਨ ਕੋ ਸਦਾ ਰਹੋ ਰੰਗ ਰਾਤਾ ਦਿਆਲਤਾ ਕਿਰਪਾ ਕਰਕੇ ਨਾਮ ਦੀ ਦਾਤ ਪ੍ਰਾਪਤ ਹੋ ਜਾਵੇ ਆਓ ਸੱਚੇ ਪਾਤਸ਼ਾਹ ਨੇ ਸਮਾਂ ਬਖਸ਼ਿਆ ਹੈ ਗੁਰੂ ਚਰਨਾਂ ਵਿੱਚ ਸਾਰੀ ਸਾਧ ਸੰਗਤ ਹਾਜ਼ਰੀ ਲਵਾਓ ਰਸਨਾ ਦੀ ਪਵਿੱਤਰਤਾ ਮਨ ਦੀ ਇਕਾਗਰਤਾ ਆਓ ਸੱਚੇ ਪਾਤਸ਼ਾਹ ਦੇ ਬਖਸ਼ੀ ਹੋਈ ਫਤਿਹ ਦੀ ਸਾਂਝ ਪਾ ਕੇ ਪ੍ਰਾਪਤ ਕਰੀਏ ਮਹਾਰਾਜ ਨੇ ਕਿਰਪਾ ਕੀਤੀ ਹੈ ਸਾਰੇ ਹਾਜ਼ਰੀ ਲਵਾਓ ਪ੍ਰੇਮ ਨਾਲ ਫਤਿਹ ਬੁਲਾਓ ਪਿਆਰ ਨਾਲ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਸੱਚੇ ਪਾਤਸ਼ਾਹ ਦੀ ਕਿਰਪਾ ਹੁੰਦੀ ਹੈ ਅਕਾਲ ਪੁਰਖ ਦੀ ਫਿਰ ਪਰਮਾਤਮਾ ਦੇ ਗੁਣਾਂ ਨਾਲ ਜੁੜਿਆ ਜਾਂਦਾ ਹੈ ਪਰਮਾਤਮਾ ਦੇ ਨਾਮ ਨਾਲ ਜੁੜਿਆ ਜਾਂਦਾ ਹੈ ਵਾਹਿਗੁਰੂ ਨਾਲ ਸਾਂਝ ਪੈਂਦੀ ਹੈ ਤੇ ਦੁਨੀਆਂ ਭਾਵੇਂ ਸਾਧ ਸੰਗ ਜੀ ਰੱਬ ਦੇ ਨਾਂ ਲੈਣ ਵਾਲਿਆਂ ਨੂੰ ਵੀ ਨਹੀਂ ਬਖਸ਼ਦੀ ਕਈ ਨੇ ਕੋਈ ਰੱਬ ਦਾ ਨਾਂ ਲੈਣਾ ਤੇ ਹੁੰਦਾ ਨਹੀਂ ਚੰਗਾ ਕਰਮ ਕਰਨਾ ਤੇ ਹੁੰਦਾ ਨਹੀਂ ਸਤਸੰਗਤ ਵਿੱਚ ਜਾ ਤੇ ਹੁੰਦਾ ਨਹੀਂ ਫਿਰ ਉਹ ਜਾਣ ਵਾਲਿਆਂ ਦੀ ਵੀ ਕਈ ਵਾਰ ਨਿੰਦੇ ਹੀ ਕਰਨ ਲੱਗ ਜਾਂਦੇ ਹੁਣ ਇਹ ਰੱਬ ਨੂੰ ਬਣ ਜਾਣਗੇ ਬਈ ਕੋਈ ਗੁਰੂ ਘਰ ਗੁਰਦੁਆਰੇ ਜਾਣ ਲੱਗਦਾ ਹੈ ਗੁਰੂ ਦੀ ਸ਼ਰਨ ਵਿੱਚ ਜਾਣ ਲੱਗਦਾ ਹੈ ਦੁਨੀਆਂ ਉਹਨੂੰ ਵੀ ਕਹਿੰਦੀ ਹੁਣ ਚੱਲ ਪਿਆ ਇੱਕ ਕਹਾਵਤ ਜੀ ਹੋਇਆ ਕਰਦੀ ਸੀ ਪਹਿਲਾਂ ਕਿ 100 ਚੂਹਾ ਖਾ ਕੇ ਹੁਣ ਬਿੱਲੀ ਹੱਜ ਨੂੰ ਚੱਲੀ ਤੇ ਸਾਧ ਸੰਗਤ ਜੀ ਭਾਵੇਂ ਜੀਵਨ ਵਿੱਚ ਕਿਹੋ ਜਿਹੇ ਕਰਮ ਵੀ ਕੀਤੇ ਪਰ ਜਦੋਂ ਕੋਈ ਚੰਗਾ ਕਰਮ ਜਾਗਦਾ ਹੈ ਸਤਸੰਗਤ ਦੀ ਘੜੀ ਮਿਲਦੀ ਹੈ ਗੁਰੂ ਸ਼ਰਨ ਵਿੱਚ ਪਨਾਹ ਮਿਲਦੀ ਹੈ ਸਤਿਗੁਰਾਂ ਦੀ ਸ਼ਰਨ ਵਿੱਚ ਫਿਰ ਸਾਧ ਸੰਗਤ ਜੀ ਸੋਝੀ ਹੋ ਜਾਂਦੀ ਹੈ ਕਿਰਪਾ ਹੋ ਜਾਂਦੀ ਹੈ ਜੀਵਨ ਬਦਲ ਜਾਇਆ ਕਰਦਾ ਜਦੋਂ ਵੀ ਮਨ ਲੱਗ ਜਾਵੇ ਉਹ ਭਲਾ ਹੈ ਉਹ ਸਮਾਂ ਭਲਾ ਹੈ ਜਬ ਤੇ ਦਰਸ਼ਨ ਭੇਟੇ ਸਾਧੂ ਭਲੇ ਦਿਨ ਸੋ ਆਏ ਜਦੋਂ ਕੋਈ ਰੱਬ ਦੇ ਪਿਆਰਿਆਂ ਦੇ ਦਰਸ਼ਨ ਮੇਲੇ ਹੁੰਦੇ ਨਾ ਉਹ ਭਲੇ ਦਿਨਾਂ ਦੀ ਨਿਸ਼ਾਨੀ ਹੈ ਉਹ ਚੰਗੇ ਕਰਮਾਂ ਦੀ ਨਿਸ਼ਾਨੀ ਹੈ ਹਰ ਕੋਈ ਨਹੀਂ ਕਰ ਸਕਦਾ ਜਬ ਤੇ ਦਰਸ਼ਨ ਭੇਟੇ ਸਾਧੂ ਭਲੇ ਦੇ ਸੋ ਆਏ ਫਿਰ ਹੁੰਦਾ ਕੀ ਹੈ ਮਹਾ ਆਨੰਦ ਸਦਾ ਕਰ ਕੀਰਤਨ ਕੀਰਤਨ ਕੀ ਵਾਹਿਗੁਰੂ ਦੀ ਕੀਰਤੀ ਵਿੱਚ ਜੁੜ ਜਾ ਕੀਰਤਨ ਭਗਤੀ ਵਿੱਚ ਜੁੜ ਜਾ ਮਹਾ ਆਨੰਦ ਆਏਗਾ ਮਹਾ ਆਨੰਦ ਇੱਕ ਆਨੰਦ ਹੁੰਦਾ ਹੈ ਗੁਰਬਾਣੀ ਵਿੱਚ ਇੱਕ ਮਹਾ ਆਨੰਦ ਦੀ ਮਹਾਰਸ ਦੀ ਗੱਲ ਕੀਤੀ ਵੈਸੇ ਆਨੰਦ ਦੀ ਕੋਈ ਵਿਸ਼ੇਸ਼ਤਾ ਦੇਣ ਦੀ ਲੋੜ ਨਹੀਂ ਹੁੰਦੀ ਕੋਈ ਵਿਸ਼ਲੇਸ਼ਣ ਕਰਨ ਦੀ ਲੋੜ ਨਹੀਂ ਹੁੰਦੀ ਫਿਰ ਵੀ ਮਹਾਰਾਜ ਨੇ ਕਹਿਤਾ ਵੀ ਮਹਾ ਆਨੰਦ ਮਿਲੂਗਾ ਕਿਵੇਂ ਮਹਾ ਆਨੰਦ ਸਦਾ ਕਰ ਕੀਰਤਨ ਕੀਰਤਨ ਕੀਰਤੀ ਵਿੱਚ ਜੁੜ ਜਾ ਕੀਰਤਨ ਭਗਤੀ ਕੀਰਤਨ ਇੱਕ ਭਗਤੀ ਹੈ ਕੀਰਤਨ ਕਿਹਨੂੰ ਕਹਿੰਦੇ ਨੇ ਕਈ ਵਾਰ ਆਪਾਂ ਨੂੰ ਇਹੋ ਜਿਹਾ ਖਿਆਲ ਆਉਂਦਾ ਵੀ ਬਾਜੇ ਢੋਲਕ ਵੱਜਦੇ ਨੇ ਇਹਨੂੰ ਕੀਰਤਨ ਕਹਿੰਦੇ ਨਹੀਂ ਕੀਰਤਨ ਦਾ ਭਾਵ ਹੈ ਕੀਰਤੀ ਕਰਨੀ ਪਰਮੇਸ਼ਰ ਦੇ ਨਾਮ ਦੀ ਕੀਰਤੀ ਕਰਨੀ ਵਾਹਿਗੁਰੂ ਦੀ ਵਡਿਆਈ ਕਰਨੀ ਗੁਰੂ ਦੀ ਸੋਭਾ ਵਿੱਚ ਜੁੜ ਜਾਣਾ
ਅਕਾਲ ਪੁਰਖ ਦੀ ਸੋਭਾ ਵਿੱਚ ਜਸ ਕਰਨਾ, ਉਹਦੇ ਗੁਣਾਂ ਨੂੰ ਵਾਚਣਾ, ਉਹ ਕੀਰਤੀ ਹੈ, ਉਹ ਕੀਰਤਨ ਕਹਾਇਆ ਜਾਂਦਾ ਕਿਹਾ ਜਾਂਦਾ। ਫਿਰ ਮਹਾਰਾਜ ਕਹਿੰਦੇ ਮਹਾਂਆਨੰਦ ਬਣੇਗਾ। ਮਹਾਂਆਨੰਦ ਸਦਾ ਕਰ ਕੀਰਤਨ, ਸਦਾ ਕਰ, ਇੱਕ ਦਿਨ ਨਹੀਂ, ਕਈ ਵਾਰ ਦੋ ਦਿਨ ਜਾ ਕੇ ਬਸ ਸਰ ਗਿਆ। ਦੋ ਦਿਨ ਬੈਠਦੇ ਆ, ਨਵਾਂ ਜਿਹਾ ਰੰਗ ਚੜ੍ਹਦਾ ਹੈ, ਫਿਰ ਲੱਥ ਜਾਂਦਾ। ਪਰ ਜਿਹੜੇ ਨਿੱਤ ਕਰਮੀ ਹੁੰਦੇ ਨਾ, ਆਨੰਦ ਰਸ ਉਹਨਾਂ ਨੂੰ ਬਣਦਾ। ਨਿੱਤ ਦਾ ਕਰਮ ਬਣਾ ਲਿਆ ਉਹਨਾਂ ਨੇ, ਨਾਮ ਨੂੰ ਜੀਵਨ ਦਾ ਆਧਾਰ ਬਣਾ ਲਿਆ, ਜੀਵਨ ਦੀ ਲੋੜ ਬਣਾ ਲਈ। ਜਿਵੇਂ ਆਪਾਂ ਭੋਜਨ ਛਕਦੇ ਹਾਂ ਹਰ ਰੋਜ਼, ਕਿਉਂ? ਸਰੀਰ ਦੀ ਲੋੜ ਹੈ ਭਾਈ ਭੋਜਨ। ਇਹ ਚੱਲਦਾ ਹੀ ਸਰੀਰ ਭੋਜਨ ਦੇ ਆਸਰੇ ਹੈ। ਤੇ ਸਾਧ ਸੰਗਤ, ਜੇ ਭੋਜਨ ਨਾ ਛਕਾਂਗੇ, ਖੁਰਾਕ ਨਾ ਖਾਵਾਂਗੇ, ਸੁਭਾਵਿਕ ਗੱਲ ਹੈ, ਸਰੀਰ ਕਮਜ਼ੋਰ ਹੋ ਜਾਏਗਾ, ਬਿਮਾਰ ਹੋ ਜਾਏਗਾ। ਕਿਉਂਕਿ ਮਹਾਰਾਜ ਨੇ ਕਹਿਤਾ ਸਾਡੇ ਤ੍ਰੈਮਣ ਦਿਓਰੀ ਚੱਲੈ ਪਾਣੀ ਅੰਨ, ਅੰਨ ਪਾਣੀ ਨਾਲ ਚੱਲਦਾ ਸਰੀਰ। ਇਸ ਕਰਕੇ ਭੋਜਨ ਨਾ ਛਕਾਂਗੇ, ਦੋ ਡੰਗ ਵੀ ਛੱਡ ਦਾਂਗੇ, ਕਮਜ਼ੋਰ ਹੋ ਜਾਏਗਾ। ਲੋੜ ਹੈ ਆਪਾਂ ਨੂੰ, ਸਾਰਿਆਂ ਨੂੰ ਪਤਾ ਹੈ, ਇਸ ਕਰਕੇ ਛਕਦੇ ਹਾਂ। ਪਰ ਜਿਹੜਾ ਭਜਨ ਹੈ, ਇਹ ਰੂਹ ਦੀ ਖੁਰਾਕ ਹੈ, ਰੂਹ ਦੀ, ਰੂਹ ਆਤਮਾ ਦੀ। ਜੇ ਆਪਾਂ ਰੂਹ ਦੀ ਖੁਰਾਕ ਛੱਡ ਦਿੱਤੀ, ਆਤਮਾ ਦੀ ਖੁਰਾਕ ਨਾ ਦਿੱਤੀ ਇਹਨੂੰ, ਤੇ ਫਿਰ ਆਤਮਾ ਕਦੇ ਮਨ ਬਲਵਾਨ ਹੋਏਗਾ? ਦੱਸੋ। ਤੇ ਸਾਧ ਸੰਗਤ ਜੀ, ਜੇ ਆਤਮਾ ਨੂੰ ਬਲਵਾਨ ਕਰਨਾ, ਮਨ ਨੂੰ ਤਕੜਾ, ਮਨ ਆਤਮਾ, ਮਨ ਕਹਿੰਦੇ ਨੇ ਰੂਹ ਨੂੰ, ਆਤਮਾ ਨੂੰ, ਜੇ ਇਹਨੂੰ ਬਲਵਾਨ ਕਰਨਾ, ਤਕੜਾ ਕਰਨਾ, ਸੁਰਤ ਉੱਚੀ ਕਰਨੀ ਹੈ, ਅਵਸਥਾ ਉੱਚੀ ਕਰਨੀ ਹੈ, ਇਹਨੂੰ ਭਜਨ ਦੀ ਲੋੜ ਹੈ। ਭਜਨ ਨੂੰ ਖੁਰਾਕ ਬਣਾ, ਵਾਹਿਗੁਰੂ ਦੀ ਕੀਰਤੀ ਨੂੰ ਖੁਰਾਕ ਬਣਾ। ਇਹਦਾ ਵੀ ਸਮਾਂ ਤੈਅ ਕਰ ਲੈ, ਕੱਢਿਆ ਕਰ ਸਮਾਂ। ਆਪਾਂ ਨਿਤਨੇਮ ਕਹਿੰਦੇ ਹਾਂ ਗੁਰਸਿੱਖਾਂ ਵਾਸਤੇ, ਨਿਤਨੇਮ, ਨਿਤ ਦਾ ਨੇਮ, ਨਿਤ ਦਾ ਪ੍ਰਤੀਕਰਮ, ਨਿਤਾ ਪ੍ਰਤੀ, ਨਿਤਨੇਮ ਹਰ ਰੋਜ਼। ਤੇ ਫਿਰ ਰੰਗ ਦੇਖੋ ਚੜ੍ਹਦਾ। ਇਹ ਦਿਖਾਵੇ ਦੀ ਗੱਲ ਨਹੀਂ ਵੀ ਦੋ ਦਿਨ ਚਾਰ ਦਿਨ ਬਹਿ ਗਿਆ ਮੁੜ ਕੇ ਬਸ, ਪਹਿਲਾਂ ਜੇ ਤਾਂ ਹੁੰਦਾ ਹੈ ਮਗਰੋਂ ਬਸ ਉਹੀ ਕਹੀ ਕਹਾੜਾ। ਪਰ ਜਿਹੜਾ ਨਿਰੰਤਰ ਰੱਖਦਾ ਨਾ, ਨਿਰੰਤਰ ਇਹਨੂੰ ਲੋੜ ਬਣਾ ਲੈਂਦਾ, ਜ਼ਰੂਰਤ ਬਣਾ ਲੈਂਦਾ, ਖੁਰਾਕ ਬਣਾ ਲੈਂਦਾ, ਫਿਰ ਸਤਿਗੁਰੂ ਕਿਰਪਾ ਕਰਦੇ ਨੇ, ਫਿਰ ਉਹ ਪ੍ਰਾਪਤ ਹੁੰਦਾ। ਮਹਾਂ ਆਨੰਦ ਸਦਾ ਕਰ ਕੀਰਤਨ, ਪੁਰਖ ਵਿਦਾਤਾ ਪਾਏ। ਕੋਈ ਰੱਬ ਦੇ ਪਿਆਰਿਆਂ ਤੋਂ ਪ੍ਰਾਪਤ ਹੁੰਦਾ ਹੈ, ਵਿਦਾਤਾ ਪੁਰਖ, ਕੋਈ ਕਰਮ ਵਾਲਾ ਪ੍ਰਾਪਤ ਕਰਦਾ ਹੈ। ਇਸ ਕਰਕੇ ਭਲੇ ਦਿੰਦੇ ਉਹ ਜੋ ਸਤਿਗੁਰਾਂ ਦੀ ਸ਼ਰਨ ਵਿੱਚ ਆਉਣਾ ਹੈ। ਜਿੰਦੜੀਏ ਭਲੇ 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 ਦਿਨ ਆਏ, ਜਿੰਦੜੀਏ ਭਲੇ 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 ਦਿਨ ਆਏ, ਜਿੰਦੜੀਏ ਭਲੇ 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 ਦਿਨ ਆਏ, ਭਲੇ ਭਲੇ ਦਿਨ ਆਏ, ਜਿੰਦੜੀਏ ਭਲੇ ਭਲੇ ਦਿਨ ਆਏ, ਜਿੰਦੜੀਏ ਭਲੇ 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 ਦਿਨ ਆਏ, ਭਲੇ 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 ਦਿਨ ਆਏ, ਜਿੰਦੜੀਏ ਭਲੇ 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 ਦਿਨ ਆਏ, ਭਲੇ ਭਲੇ ਦਿਨ ਆਏ, ਜਿੰਦੜੀਏ ਭਲੇ 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 ਦਿਨ ਆਏ, ਭਲੇ ਭਲੇ ਆਏ, ਜਿੰਦੜੀਏ ਭਲੇ।
भले भले दिन आए, ओ भले भले दिन आए, भले भले दिन आए, भले भले दिन आए, जिंदड़िए पले 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 दिन आए, पले 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 दिन आए, जिंदड़िए पले 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 दिन आए, ओ जब ते दर्शन भेटे साधु पले दिन सोए आए, महा आनंद सदा कर कीर्तन दुख बड़ा पाए, जिंदड़िए पले 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 दिन आए, जिंदड़िए पले 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 दिन आए, पले 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 दिन आए, जिंदड़िए पले 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 दिन आए, पले 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 दिन आए, जिंदड़िए पले 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 दिन आए, सदा आनंद महानंद बनेगा जे उस वाहेगुरु की कीर्ति ना जुड़ेगा, जुड़ेगा कदों जदों रब दे प्यारें दा सतगुर दा साधु महापुरख दा मेल होएगा, फिर आनंद बनेगा जीवन विच, नहीं तो भगती मार्ग ते लगी नहीं जांदा, गुरु बिना भगती है नहीं, गुर बिन घोर अंधार, गुरु बिन समझ ना आवे, पूर्ण सतगुरु मिले, गुरु बिन सुरत ना सिद्ध, गुरु बिन मुक्त ना पावे, ना गुरु बिना मुक्ति मिलती, पूर्ण सतगुरु बिना महाराज एक सच्चे पातशाह जगह पर जगह वचन करते ने, बलिहारी गुरु अपने देवहाड़ी सदवार, जिन मानस ते देवते किए करत न लागी वार, जेसो चंदा उगवे सूरज चढ़े हजार, इतै चानण हुंदियां गुरु बिन कोर अंधार, ज्ञान बहुते किताबां विच ग्रंथां विच भरिया पिया, पर गुरु बिना तेरे अंदर ज्ञान नहीं होना, तेनू आपे दा ज्ञात नहीं होना, समझ नहीं आनी, ज्ञान अंदर होएगा, ज्ञान दा दीपक अंदर जगा देगा सतगुरु अंदर, अपने आप नू पता लगेगा असल ज्ञान किस किस वस्तु दा लेना है, किनू ज्ञान कहिंदे ने, गल्लां दे ज्ञान नू ज्ञान नहीं कहिंदे, किसे दी दो घड़ी बुद्धि कम करन लग जे दिमाग कम, उहनू ज्ञान आपां कहिंदे बहुत कुछ जाणदा ज्ञानी, नहीं नहीं, ज्ञान इस चीज़ नाल संबंध नहीं है, ज्ञान दा गुरु दा ज्ञान हो रहा है, वह ज्ञान हो रहा है सत्संग, कुंभे बंदा जल रहे जल बिन कुंभ ना होए, ज्ञान का बंदा मन रहे गुरु बिन ज्ञान ना होए, गुरु तो बिना समझ नहीं पे, समझ सतगुरु देणगे, फिर वह कीर्ति वाहेगुरु की कीर्ति विच जुड़ जाता है, अंदरों ही आनंद बज जाता है, अपने आप में रस आउण लग जाता है, सुरत जुड़ती है ना जदों खेड़ा चढ़ना शुरू हो जाता है, अंदरों एक खुशी मिलती है, खुशी एक तो आप बनावटी बाहरों हासा जहा हसते हैं, हम तो बनावटी हासे ने, बनावटी हासे, अंदरों कोई नहीं हसता, हूँ अंदरों चिंता दे मारे अंतर चिंता नैनी सुखी मूल ना उतरे भुख, महाराज कहते अंदर चिंता दे भरे पए ने मनुख, नैणा नाल अखां नाल आपां नूं लगदा है संसार बड़ा सुखी होएगा, किसे कोले बहुती जायदाद सुखी हो जाए,
ਕਿਸੇ ਕੋਲੇ ਵੱਡਾ ਕਾਰੋਬਾਰ ਹੋ ਗਿਆ, ਸੁਖੀ ਹੋ ਜਾਣਾ ਹੋ ਸ਼ਾਇਦ, ਬਹੁਤ ਸਾਰੀਆਂ ਸੁੱਖ ਸਹੂਲਤਾਂ ਨੇ, ਸ਼ਾਇਦ ਆਪਾਂ ਨੂੰ ਲੱਗਦਾ ਇਹ ਤਾਂ ਬਹੁਤ ਸੁਖੀ ਹੋਣਾ, ਪਰ ਇਹ ਸੁੱਖ ਹੈ ਨਹੀਂ। ਜਿਹੜਾ ਸੁੱਖ ਲੈਣਾ ਨਾ ਅਸੀਂ, ਉਹ ਸੁੱਖ ਸਾਨੂੰ ਪਤਾ ਨਹੀਂ। ਉਹ ਸੁੱਖ ਹੋਰ ਚੀਜ਼ ਹੈ, ਹੋਰ ਵਸਤੂ ਦਾ ਨਾਂ, ਹੋਰ ਚੀਜ਼ ਦਾ ਨਾਂ ਹੈ ਉਹ ਸੁੱਖ। ਇਹ ਦੁਨਿਆਵੀ ਬਾਹਰ ਦੇ ਸੁੱਖ ਸਾਨੂੰ ਸੁੱਖ ਲੱਗਦੇ ਨੇ, ਸੁੱਖ ਹੈ ਨਹੀਂ। ਅੰਦਰੋਂ ਸੁਖੀ ਕੋਈ ਹੈਗਾ? ਹੈ ਕੋਈ ਭੁੱਬਾ ਮਾਰਦਾ ਸੰਸਾਰ ਅੰਦਰੋਂ? ਕਿਸੇ ਨੂੰ ਛੇੜ ਕੇ ਦੇਖ ਲਿਓ। ਮਨ ਪਰਦੇਸੀ ਜੇ ਥੀ ਐ ਸਭ ਦੇਸ਼ ਪਰਾਇਆ, ਕਿਸ ਪੈ ਖੋਲੂ ਗਠੜੀ ਦੁਖੀ ਭਰ ਆਇਆ। ਕਿਸੇ ਨਾਲ ਮਾੜੀ ਜਿਹੀ ਗੱਲ ਤੋਰ ਕੇ ਤਾਂ ਦੇਖਿਓ ਨਾ, ਉਹ ਕਹਿੰਦਾ ਤੇਰੇ ਦੁੱਖ ਕੀ ਸੁਣਾਉਣਾ, ਪਹਿਲਾਂ ਮੇਰੇ ਵਾਲੇ ਸੁਣ ਲੈ। ਸੁੱਖ ਦਾ ਸਾਨੂੰ ਪਤਾ ਨਹੀਂ, ਸੁੱਖ ਕਿੱਥੇ? ਮਹਾਰਾਜ ਕਹਿੰਦੇ ਸੁੱਖ ਮੰਗਤ, ਮੰਗਦਾ ਸੁੱਖ ਹੈ ਬੰਦਾ, ਸੁਖੀ ਹੋਣ ਵਾਸਤੇ ਦੌਲਤ ਮੰਗਦਾ ਹੈ, ਸ਼ੌਹਰਤ ਮੰਗਦਾ ਹੈ, ਮੰਗਦਾ ਨਾ, ਮੰਗਦੇ ਹਾਂ ਸਾਰੇ ਵੀ ਇਹਦੇ ਨਾਲ ਸੁਖੀ ਹੋ ਜਾਵਾਂਗੇ। ਠੀਕ ਹੈ, ਸਹੂਲਤਾਂ ਮਿਲ ਜਾਣਗੀਆਂ ਸੰਸਾਰ ਦੀਆਂ, ਚਾਰ ਕਿਸੇ ਲਵੇ ਰੁਪਈਏ ਜੁੜ ਜਾਣ, ਦੁਨੀਆਂ ਬਾਹਰੋਂ ਹੀ ਜੈ ਜੈਕਾਰ ਕਰਦੀ ਹੈ, ਪਰ ਅੰਦਰੋਂ ਪੁੱਛ ਕੇ ਦੇਖ ਲਓ। ਮਾੜਾ ਜਿਹਾ ਪਿੱਠ ਘੁਮਾਇਓ ਪਿੱਛਾ, ਮਗਰੋਂ ਦੇਖੋ ਕੀ ਗੱਲਾਂ ਕਰਦੇ ਨੇ। ਫਿਰ ਇਹ ਭਰਮ ਹੈ ਇਹਨੂੰ ਵੀ, ਮਾਇਆ ਨਾਲ ਮੈਂ ਵਡਿਆਈ ਕਰਵਾ ਲਾਂਗਾ, ਨਹੀਂ ਨਹੀਂ ਹੁੰਦੀ ਨਹੀਂ, ਇਹ ਤਾਂ ਉਈ ਲੈਣ ਦੇਣ ਮਾਤਰ ਹੈ, ਚਾਰ ਦਿਨਾਂ ਦੀ ਜੈ ਜੈਕਾਰ ਹੈ। ਰਹੋ ਵਿਚਾਰ, ਸੁੱਖ ਮੰਗਤ ਦੁੱਖ ਆਗੇ ਆਵੇ, ਮੰਗਦਾ ਸੁੱਖ ਹੈ ਬਦਲ ਜਾਂਦਾ ਦੁੱਖ ਵਿੱਚ, ਸੋ ਸੁੱਖ ਹਮੇ ਮੰਗਿਆ ਨਹੀਂ ਪਾਵੇ। ਜਿਹੜਾ ਸੁੱਖ ਆਤਮਕ ਸੁੱਖ ਲੈਣਾ ਹੈ ਉਹ ਸਾਨੂੰ ਭਾਉਂਦਾ ਨਹੀਂ ਹੈ। ਮਹਾਰਾਜ ਕਈ ਵਾਰ ਕਹਿੰਦੇ, ਵੱਡੇ ਮਹਾਂਪੁਰਖ ਕਹਿੰਦੇ, ਉਹ ਕਹਿੰਦੇ ਜਿਹੜੀ ਵਸਤੂ ਮੰਗਦਾ ਮੰਗਣੀ ਹੈ ਉਹ ਮੰਗਦਾ ਕੋਈ ਨਹੀਂ, ਜਿਹਨੂੰ ਇਹਨੇ ਸੁਖੀ ਕਰਨਾ ਹੈ ਉਹ ਲੈਂਦਾ ਕੋਈ ਨਹੀਂ, ਉਧਰਲੇ ਪਾਸੇ ਤੁਰਦਾ ਕੋਈ ਨਹੀਂ। ਜੇ ਰੱਬ ਦੇ ਨਾਮ ਦੀ ਗੱਲ ਕਰਦੇ ਹਾਂ ਫਿਰ ਸੌ ਸੌ ਘੜਾ ਪਾਣੀ ਦਾ ਪੈ ਜਾਂਦਾ ਹੈ ਸਿਰ ਚ, ਉੱਥੇ ਸਾਰਾ ਸੱਤ ਡੇਗ ਕੇ ਖੜ ਜਾਂਦਾ। ਨਹੀਂ ਫਿਰ ਆ ਦਿਓ, ਆਹ ਮੰਗਦਾ, ਆ ਮੰਗਦਾ, ਆ ਮੰਗਦਾ, ਮੰਗੋ ਮੰਗੋ, ਗੁਰੂ ਦੇਣ ਵਾਲਾ ਹੈ। ਤੇ ਪਰ ਸਤਿਗੁਰੂ ਤੋਂ ਮੰਗੀਏ ਕੀ? ਉਹ ਨਾਮ ਦੀ ਦਾਤ ਜੁੜਨਾ। ਇਸ ਕਰਕੇ ਉਹ ਗੁਰੂ ਪਾਤਸ਼ਾਹ ਨੇ ਕਿਰਪਾ ਕੀਤੀ ਹੈ। ਅਰਹੋ ਵਿਚਾਰ, ਰੱਬ ਦੇ ਪਿਆਰੇ ਜੁੜ ਜਾਂਦੇ ਨੇ, ਜਿਨ੍ਹਾਂ ਤੇ ਕਿਰਪਾ ਹੋ ਜਾਂਦੀ ਹੈ, ਭਾਵੇਂ ਅਮੀਰੀ ਹੈ ਗਰੀਬੀ ਹੈ, ਇਹ ਗੱਲਾਂ ਕੋਈ ਮੈਟਰ ਨਹੀਂ ਕਰਦੀਆਂ। ਗੁਰਮੁਖ ਹੈ ਜਿਹੜਾ, ਭਾਵੇਂ ਉਹਦੇ ਕੋਲ ਗਰੀਬੀ ਹੈ, ਭਾਵੇਂ ਅਮੀਰੀ ਵਿੱਚ ਹੈ, ਭਾਵੇਂ ਗਰੀਬੀ ਵਿੱਚ ਹੈ, ਪਰ ਅੰਦਰੋਂ ਆਨੰਦ ਹੈ, ਅੰਦਰੋਂ ਸੁਖੀ ਹੈ। ਦੁਨੀਆਂ ਦਾ ਦੁੱਖ ਉਹਨੂੰ ਦੁਖੀ ਨਹੀਂ ਕਰ ਸਕਦਾ, ਦੁਨੀਆਂ ਦਾ ਦੁੱਖ। ਸਾਡੀ ਅਵਸਥਾ, ਅਸੀਂ ਤਾਂ ਘੜੇ ਦੇ ਘੱਟ ਪਾਣੀ ਵਾਂਗੂ ਛਲਕਦੇ ਹਾਂ, ਸਾਡਾ ਮਨ ਜਿਹੜਾ ਟਕਾ ਨਹੀਂ ਕਰਦਾ, ਛਲਕਦਾ। ਕਹੋ ਕਬੀਰ, ਛੂਛਾ ਘੱਟ ਬੋਲੇ, ਊਣਾ ਭਾਂਡਾ ਛਲਕਦਾ ਨਾ, ਹੋਛਾ ਬੰਦਾ ਵਡਿਆਈ ਕਰਦਾ ਹੈ। ਜਿਹੜਾ ਭਰਿਆ ਹੋਇਆ, ਜਿਹੜਾ ਕੋਈ ਪਰਮਾਤਮਾ ਦੇ ਨਾਮ ਦੀ ਕਣੀ ਜੀ ਦੇ ਵਿੱਚ ਟਿਕੀ ਹੈ ਨਾ, ਹੁਣ ਘੜਾ ਹੈ ਖਾਲੀ ਹੈ ਤਾਂ ਆਵਾਜ਼ ਕਰਦਾ, ਭਰ ਗਿਆ ਤਾਂ ਉਹਦੀ ਕੋਈ ਆਵਾਜ਼ ਨਹੀਂ ਹੋਣੀ। ਆ ਵਜਾਉਣ ਵਾਲੇ ਵਾਦਕ ਵਜਾਉਂਦੇ ਨੇ ਨਾ ਘੜੇ ਨੂੰ, ਉਹਨੂੰ ਮਿਊਜ਼ਿਕ 'ਚ ਲਿਆ ਜਾਂਦਾ, ਪਰ ਸਾਧ ਸੰਗਤ ਜੇ ਖਾਲੀ ਹੁੰਦਾ ਤਦੀ ਵੱਜਦਾ, ਜਦੋਂ ਭਰਿਆ ਹੋਵੇ ਫਿਰ ਉਹਦੀ ਕੋਈ ਆਵਾਜ਼ ਨਹੀਂ। ਇਸੇ ਤਰ੍ਹਾਂ ਸੋ ਇਸ ਵਾਸਤੇ ਜਦੋਂ ਪਾਤਸ਼ਾਹ ਕਿਰਪਾ ਕਰਦੇ ਨਾ, ਗੁਰੂ ਕਿਰਪਾ ਕਰਦਾ, ਅੰਦਰੋਂ ਸ਼ਾਂਤੀ ਬਣਦੀ, ਆਨੰਦ ਖੇੜਾ ਬਣਦਾ। ਇਹ ਸਾਧ ਸੰਗਤ ਫਿਰ ਕਿਰਪਾ ਹੋ ਜਾਂਦੀ ਹੈ, ਅੰਦਰ ਹਿਰਦੇ ਰੂਪੀ ਭਾਂਡਾ ਫਿਰ ਭਰਨਾ ਸ਼ੁਰੂ ਹੋ ਜਾਂਦਾ।
ਕਿਰਪਾ ਹੁੰਦੀ ਹੈ ਜਦੋਂ। ਸੋ ਇਸ ਵਾਸਤੇ ਸਤਿਗੁਰੂ ਕਿਰਪਾ ਕਰਨ, ਨਹੀਂ ਫਿਰ ਬਾਹਰੋਂ ਦਿਖਾਵੇ ਕਰਦਾ ਫਿਰਦਾ। ਕਹੋ ਕਬੀਰ ਛੂਛਾ ਘੱਟ ਬੋਲੇ, ਭਰਿਆ ਇਸ ਕਬੂ ਨਾ ਡੋਲੇ। ਜਿਹੜਾ ਭਰਿਆ ਉਹ ਕਦੇ ਨਾ ਛਲਕਦਾ, ਨਾ ਬੋਲਦਾ, ਨਾ ਡੋਲਦਾ, ਅਡੋਲ ਹੈ ਬਿਲਕੁਲ। ਘੜੇ ਚ ਪਾਣੀ ਭਰ ਦੋ ਪੂਰਾ ਗਲੇ ਤੱਕ, ਉਹ ਛੁਲਕੇਗਾ ਨਹੀਂ ਭਰਿਆ ਹੋਇਆ। ਜੇ ਊਣਾ ਚੱਕੋਗੇ ਨਾ ਸੱਚੀ, ਸੱਚ ਕਰਕੇ ਜਾਣਿਓ ਤੁਸੀਂ, ਚੱਕ ਕੇ ਦੇਖਿਓ। ਅਮਾਈਆਂ ਭੈਣਾਂ ਅੱਗੇ ਬਹੁਤ ਘੜੇ ਪਾਣੀ ਦੇ ਭਰ ਭਰ ਲਿਜਾਂਦੀਆਂ, ਜਦੋਂ ਊਣਾ ਹੁੰਦਾ ਨਾ ਊਣਾ, ਬਸ ਫਿਰ ਉਹ ਗਰਦਨ ਨਹੀਂ ਟਿਕਣ ਦਿੰਦਾ ਸੀ, ਐਂ ਛਲਕਦਾ ਜਿਵੇਂ ਪਾਣੀ ਛਲਕਦਾ, ਨਾਲ ਹੀ ਸਿਰ ਹਲਦਾ, ਉਹਨੂੰ ਲਿਜਾਇਆ ਨਹੀਂ ਜਾਂਦਾ ਸੀ ਚੁੱਕ ਕੇ। ਇਸੇ ਤਰ੍ਹਾਂ ਜਦੋਂ ਅਸੀਂ ਊਣੇ ਹਾਂ ਅੰਦਰੋਂ ਤਾਂ ਡੋਲਦੇ ਹਾਂ, ਜਦੋਂ ਕਿਰਪਾ ਹੋ ਗਈ ਨਾ ਫਿਰ ਭਾਵੇਂ ਕਿਹੋ ਜਿਹਾ ਸਮਾਂ ਹੈ ਉਹ ਡੋਲੇਗਾ ਨਹੀਂ। ਗੁਰਮੁਖ ਅੰਦਰੋਂ ਡੋਲਦਾ ਨਹੀਂ, ਅੰਦਰੋਂ ਉਹਦੇ ਮਨ ਦੀ ਅਵਸਥਾ ਐਸੀ ਹੁੰਦੀ ਹੈ। ਗੁਰਮੁਖਾਂ ਦੇ ਮਨ ਦੀ ਅਵਸਥਾ ਐਸੀ ਹੁੰਦੀ ਹੈ, ਨਿੱਤਾ ਪ੍ਰਤੀ ਕਰਮ ਜੁੜਦੇ ਨੇ ਪਰਮੇਸ਼ਰ ਦੇ ਨਾਲ, ਨਾਮ ਦੇ ਨਾਲ ਰਸ ਲੈਂਦੇ ਨੇ, ਤੇ ਫਿਰ ਬਿਰਤੀ ਜੁੜ ਜਾਂਦੀ ਹੈ, ਕਿਰਪਾ ਹੋ ਜਾਂਦੀ ਹੈ। ਇਹ ਮੇਰੀ ਮਨ ਬਿਰਤੀ, ਮੇਰੀ ਜ਼ਿੰਦੜੀ ਹੈ, ਉਸ ਪਰਮਾਤਮਾ ਦੇ ਨਾਮ ਦਾ ਰਸ ਪੀ ਲੈ। ਪੀ ਲੈ ਸਖੀ ਪੀ ਲੈ ਸਖੀਏ, ਰਸ ਪੀਣੇ ਆਨੰਦ ਲੈਣੇ ਹੋ। ਪੀ ਲੈ ਸਖੀ ਪੀ ਲੈ ਸਖੀ ਪੀ ਲੈ ਸਖੀਏ, ਨਾਮ ਮੰਗਾ ਰਸ ਪੀ ਲੈ ਸਖੀਏ, ਪੀ ਲੈ ਸਖੀ ਪੀ ਲੈ ਸਖੀ ਪੀ ਲੈ ਸਖੀਏ, ਨਾਮ ਮੰਗਾ ਰਸ ਪੀ ਲੈ ਸਖੀਏ, ਨਾਮ ਮਹਾਰਸ ਪੀ ਲੈ ਸਖੀਏ, ਪੀ ਲੈ ਸਖੀ ਪੀ ਲੈ ਸਖੀ ਪੀ ਲੈ ਸਖੀਏ, ਨਾਮ ਮਹਾਰਸ ਪੀ ਲੈ ਸਖੀਏ, ਪੀ ਲੈ ਸਖੀ ਪੀ ਲੈ ਸਖੀ ਪੀ ਲੈ ਸਖੀਏ, ਨਾਮ ਮਹਾਰਸ ਪੀ ਲੈ ਸਖੀਏ, ਪੀ ਲੈ ਸਖੀ ਪੀ ਲੈ ਸਖੀ ਪੀ ਲੈ ਸਖੀਏ, ਨਾਮ ਮਹਾਰਸ ਪੀ ਲੈ ਸਖੀਏ, ਨਾਮ ਮਹਾਰਸ ਪੀ ਲੈ ਸਖੀਏ।
ਸੱਚਮੁੱਚ ਹੀ ਅੰਦਰੋਂ ਸੁਖੀ ਹੋ ਜਾਏ। ਮਨ ਬਿਰਤੀ ਹੈ, ਮਨ ਬਿਰਤੀ ਕਰਕੇ ਬੰਦਾ ਦੁਖੀ ਹੈ, ਮਨ ਬਿਰਤੀ ਕਰਕੇ ਸੁਖੀ ਹੈ। ਮਹਾਰਾਜ ਕਹਿੰਦੇ ਅੰਦਰ ਆ ਤਾਂ ਚਿੰਤਾ ਭਰੀ ਪਈ ਹੈ, ਬਾਹਰ ਸੁਖ ਲੋ। ਅੰਤਰ ਚਿੰਤਾ ਨੈਣੀ ਸੁਖੀ, ਮੂਲ ਨਾ ਉਤਰੇ ਭੁੱਖ। ਇਹ ਜਿਹੜੀ ਤ੍ਰਿਸ਼ਨਾ ਦੀ ਭੁੱਖ ਹੈ ਮਿਟਦੀ ਨਹੀਂ, ਫਿਰ ਉਹਨਾਂ ਚਿਰ ਤ੍ਰਿਸ਼ਨਾ ਨਾਲ ਕੋਈ ਸੁਖੀ ਹੋ ਨਹੀਂ ਸਕਿਆ। ਜਿੰਨਾ ਚਿਰ ਅੰਦਰ ਬਿਮਾਰੀ ਹੈ ਨਾ ਸਾਧ ਸੰਗਤ ਜੀ, ਅੰਦਰ ਬਿਮਾਰੀ, ਅੰਦਰੋਂ ਇਲਾਜ ਕਰਨਾ ਪਏਗਾ। ਦਿਖਾਵੇ ਨਾਲ ਕੁਝ ਨਹੀਂ ਹੋਣਾ। ਫਿਰ ਮਹਾਰਾਜ ਕਹਿੰਦੇ ਬਿਨ ਰਸ ਚਾਖੇ ਬੂਟ ਗਈ ਸਕਲੀ ਸਗਲੀ ਸੁਖੀ ਨਾ ਹੋਵਤ ਜੀਓ। ਫਿਰ ਅੰਦਰੋਂ ਸੁਖੀ ਨਹੀਂ ਹੋਏਗਾ। ਇਹ ਰਸ ਤੋਂ ਬਿਨਾਂ, ਮਹਾਂਆਨੰਦ ਰਸ ਤੋਂ ਬਿਨਾਂ, ਪਰਮਾਤਮਾ ਦੇ ਨਾਮ ਦੇ ਰਸ ਤੋਂ ਬਿਨਾਂ, ਜੁੜੇ ਤੋਂ ਬਿਨਾਂ ਇਹ ਤੇਰੀ ਤ੍ਰਿਸ਼ਨਾ ਨਹੀਂ ਮਿਟਣੀ, ਅੰਦਰੋਂ ਦੁਖੀ ਰਹੇਗਾ। ਇਹ ਆਨੰਦ ਪ੍ਰਾਪਤ ਕਰ। ਫਿਰ ਬਾਹਰ ਦਾ ਦਿਖਾਵਾ ਛੱਡ ਦੇ, ਅੰਦਰ ਅੰਦਰੋਂ ਗੁਰਮੁਖ ਬਣ। ਅੰਦਰੋਂ ਸਤਿਗੁਰਾਂ ਦੀ ਗੁਰਬਾਣੀ ਨਾ ਜਿੰਨਾ ਬਚਨ ਕਰਦੇ ਨੇ ਮਹਾਰਾਜ ਸੱਚੇ ਪਾਤਸ਼ਾਹ, ਅੰਦਰ ਦੀ ਖੇਡ ਦੀ ਗੱਲ ਕਰਦੇ ਨੇ, ਅੰਦਰ ਦੀ ਗੱਲ ਕਰਦੇ। ਸਭ ਕੁਛ ਕਰਮ ਹੈ ਬਾਹਰ ਨਾਹੀਂ, ਬਾਹਰ ਤੋਂ ਲੈ ਤੋ ਭਰਮ ਪਲਾਹੀ। ਗੁਰਪ੍ਰਸਾਦੀ ਜੀ ਨੇ ਅੰਤਰ ਪਾਇਆ ਸੋ ਅੰਤਰ ਬਾਹਰ ਸੋਚਦਾ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ, ਨਾਮ ਨਾ ਬਿਰਤੀ ਜੁੜ ਜੇ, ਫਿਰ ਅੰਦਰੋਂ ਡੋਲ ਹੋ ਜਾਏਗਾ। ਫਿਰ ਕਿਸੇ ਪਾਸੇ ਮਨ ਨਹੀਂ ਭੱਜੇਗਾ, ਨਾ ਡੋਲੇਗਾ, ਨਾ ਸੰਸਾਰ ਦੇ ਲਾਲਚਾਂ ਵਿੱਚ ਜਾਏਗਾ। ਪ੍ਰਲਭਤ ਅਨੁਸਾਰ ਜੀਵਨ ਜਿਉਂਗਾ, ਪ੍ਰਲਭਤਾ ਦਾ ਮਿਲ ਜਾਏਗਾ, ਸੰਤੋਖੀ ਜੀਵਨ ਹੋ ਜਾਏਗਾ, ਸੰਤੋਖੀ। ਤੇ ਸਾਧ ਸੰਗਤ ਜੀ ਅੰਦਰੋਂ ਸੰਤੋਖ ਦੀਆਂ ਮੁੰਦਰਾਂ ਪੈ ਜਾਣਗੀਆਂ। ਮੁੰਦਾ ਸੰਤੋਖ ਸਰਮਪਤ ਚੋਲੀ, ਧਿਆਨ ਕੀ ਕਰੈ ਬਭੂਤ, ਹਿੰਥਾਕਾਰ ਕੁਆਰੀ ਕਾਇਆ, ਜੁਗਟ ਡੰਡਾ ਪ੍ਰਤੀਤ। ਜਿਵੇਂ ਕਿਸੇ ਜੋਗੀ ਨੇ ਬਾਹਰੋਂ ਭੇਖ ਬਣਾਇਆ, ਪ੍ਰਵਾਨ ਹੈ ਸਤਸੰਗਤ ਜੀ ਭੇਖ ਨੂੰ, ਪਰ ਅੰਦਰੋਂ
ਇਹੋ ਜਿਹਾ ਬਣਨਾ ਪੈਂਦਾ ਹੈ। ਸਤਿਗੁਰੂ ਜੀ ਨੇ ਸਭ ਨੂੰ ਉਪਦੇਸ਼ ਦਿੱਤਾ, ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸਭ ਨੂੰ ਉਹਦੀ ਮਰਯਾਦਾ ਅਨੁਸਾਰ। ਜਦੋਂ ਪੰਡਤਾਂ ਨੇ ਕਿਹਾ ਮਹਾਰਾਜ ਤੁਸੀਂ ਹਿੰਦੂਇਜ਼ਮ ਵਿੱਚ ਆਉਂਦੇ ਹੋ ਤਾਂ ਜਨੇਊ ਪਾਓ, ਤੇ ਸਾਧ ਸੰਗਤ ਜੀ ਮਹਾਰਾਜ ਕਹਿੰਦੇ ਕੋਈ ਨੀ ਪਾਓ, ਪ੍ਰਵਾਨ ਹੈ, ਮਾੜਾ ਨਹੀਂ ਕਿਹਾ, ਪ੍ਰਵਾਨ ਹੈ ਭਾਈ ਪਾਓ। ਪਰ ਕਿਹਾ ਜਾ ਇੱਕ ਪਹਿਨਣਾ ਹੁੰਦਾ, ਇੱਕ ਧਾਰਨ ਕਰਨਾ ਵੀ ਹੁੰਦਾ। ਜੇ ਇਕੱਲੀ ਬਾਹਰੋਂ ਆਪਾਂ ਇਕੱਲਾ ਭੇਕ ਪਾਇਆ, ਅੰਦਰੋਂ ਧਾਰਨ ਨਹੀਂ ਕੀਤੀ ਕੋਈ ਗੱਲ, ਫਿਰ ਉਹ ਬਹੁਤਾ ਚਿਰ ਨਹੀਂ ਸਾਧ ਸੰਗਤ ਜੀ ਟਿਕਦਾ, ਉਹ ਮਲੰਮਾ ਲੈ ਜਾਂਦਾ, ਫਿਰ ਸੰਸਾਰ ਵਿੱਚ ਪ੍ਰਗਟ ਹੋ ਜਾਂਦੀ ਹੈ ਗੱਲ। ਇਕੱਲਾ ਬਾਣਾ ਬਾਣੀ ਨਹੀਂ, ਨਾਮ ਨਾਲ ਸੁਰਤ ਜੁੜਦੀ ਨਹੀਂ, ਇਕੱਲਾ ਬਾਣਾ ਕੀ ਕਰੂਗਾ ਦੱਸੋ, ਦੁਨੀਆਂ ਦੇ ਪ੍ਰਭਾਵ ਲਈਏ ਫਿਰ। ਜਿੰਨਾ ਚਿਰ ਸਾਡੇ ਨਾਲ ਅਸੀਂ ਸੇਵਾ ਨਹੀਂ ਕਰਦੇ, ਸਿਮਰ ਨਹੀਂ ਕਰਦੇ, ਬਾਣੀ ਨਹੀਂ ਪੜ੍ਹਦੇ, ਸੰਗਤ ਨਹੀਂ ਕਰਦੇ, ਬਾਹਰੋਂ ਭੇਖ ਬਣਾਇਆ ਕੀ ਫਾਇਦਾ ਫਿਰ। ਫਿਰ ਉਹ ਥੋੜ੍ਹਾ ਚਿਰ ਹੀ ਰਹਿੰਦਾ, ਛੇਤੀ ਉੱਤਰ ਜਾਂਦਾ ਮਲੰਮਾ। ਜੈਸਾ ਰੰਗ ਕੁਸੁੰਭ ਕਾ, ਕੁਸੁੰਭੇ ਦਾ ਰੰਗ ਥੋੜ੍ਹਾ ਚਿਰ ਹੀ ਹੁੰਦਾ, ਪਰ ਜਿਹਨੂੰ ਮਜੀਠ ਦਾ ਰੰਗ ਚੜ੍ਹਦਾ ਉਹ ਸਦਾ ਵਾਸਤੇ ਹੁੰਦਾ। ਇਸ ਵਾਸਤੇ ਸਦੀਵੀ ਰੰਗ ਚੜ੍ਹਾਉਣਾ ਹੈ, ਜੇ ਸਤਿਗੁਰਾਂ ਦੀ ਕਿਰਪਾ ਹੋ ਜੇ, ਅੰਦਰੋਂ ਸੱਚ ਨਾਲ ਜੁੜ ਜਾ, ਬਸ ਅੰਦਰੋਂ ਪਰਮਾਤਮਾ ਨਾਲ ਨਿਉ ਜੋੜ ਲੈ, ਤਾਰਾਂ ਜੋੜ ਲੈ ਗੁਰੂ ਦੇ ਨਾਲ, ਸਤਿਗੁਰੂ ਨਾਲ ਅੰਦਰ ਦੀਆਂ, ਫਿਰ ਕਿਰਪਾ ਹੋ ਜਾਏਗੀ, ਅੰਦਰੋਂ ਸ਼ਾਂਤੀ, ਅੰਦਰੋਂ ਖੇੜਾ ਚੜ੍ਹੇਗਾ, ਅੰਦਰੋਂ ਖੁਸ਼ੀ ਹੈ, ਅੰਦਰੋਂ ਸੋਹਣਾ ਬਣ ਜਾਏਗਾ, ਬਾਹਰ ਦੇ ਦਿਖਾਵੇ ਛੱਡ ਦੇਗਾ, ਅੰਦਰੋਂ ਆਨੰਦ ਹੋ ਜਾਏਗਾ, ਖੇਡ ਸਾਰੀ ਮਨ ਦੀ ਹੈ ਬਸ। ਸੋ ਰਹੋ ਵਿਚਾਰ, ਕਿਰਪਾ ਹੋ ਜਾਏਗੀ। ਇੱਕ ਮਹੇਸ਼ ਦੱਤ ਸਾਧੂ ਹੋਇਆ ਸਾਧ ਸੰਗਤ ਜੀ, ਉਹ ਗੜ੍ਹ ਸ਼ੰਕਰ ਵਿੱਚ ਆਇਆ, ਬੜੀ ਤਪੱਸਿਆ ਕੀਤੀ ਉਹਨੇ, ਬਹੁਤ ਤਪੱਸਿਆ ਕੀਤੀ, ਤੇ ਸਾਧ ਸੰਗਤ ਤਪੱਸਿਆ ਕੀਤੀ, ਕਠਿਨ ਕਰਮ ਕੀਤੇ, ਪਰ ਕਹਿਣਾ ਸੌਖਾ ਹੁੰਦਾ, ਜਿਹੜਾ ਕਰਦਾ ਉਹਨੂੰ ਪਤਾ ਹੁੰਦਾ। ਆਪਾਂ ਤਾਂ ਹੋਰ ਇਹ ਚੀਜ਼ ਉੱਤੇ ਪੋਚੇ ਹੀ ਮਾਰਨਾ। ਤਪੱਸਿਆ ਕਰਕੇ ਪਰਮਾਤਮਾ ਤੋਂ ਵਰ ਮਿਲ ਜਾਂਦੇ ਨੇ, ਸਿੱਧੀਆਂ ਮਿਲ ਜਾਂਦੀਆਂ, ਰਿਧੀਆਂ ਸਿੱਧੀਆਂ ਪ੍ਰਾਪਤ ਹੋ ਜਾਂਦੀਆਂ। ਇਸੇ ਕਰਕੇ ਬਹੁਤ ਸਾਰਿਆਂ ਨੇ ਕੰਮ ਚਲਾ ਲੈਂਦਾ ਅਗਲਾ, ਵੀ ਇਹ ਸਿੱਧ ਪੁਰਸ਼ ਹੋ ਗਿਆ। ਹੁਣ ਸਾਧ ਸੰਗਤ ਜੀ ਉਹਦੀ ਬੜੀ ਮਹਿਮਾ ਹੋਈ, ਉਹ ਗੜ੍ਹ ਸ਼ੰਕਰ ਵਿੱਚ ਆਇਆ, ਉਹਨੇ ਇੱਕ ਜੱਗ ਰਚਿਆ ਬਹੁਤ ਵੱਡਾ, ਉਹਨੇ ਹੋਕਰਾ ਦੇ ਦਿੱਤਾ ਸਾਰੇ ਸ਼ਹਿਰ ਵਿੱਚ ਵੀ ਕੋਈ ਆਓ, ਮੈਂ ਉਹਨੂੰ ਜਿਹੜਾ ਮੇਰੇ ਕੋਲ ਆਏਗਾ ਨਾ ਉਹਨੂੰ ਇੱਕ ਸਾਲ ਦਾ ਸਵਰਗ ਦੇ ਦਿੰਦਾ, ਇੱਕ ਸਾਲ ਦਾ ਸਵਰਗ। ਇਹ ਸਾਧ ਸੰਗਤ ਜੀ ਆਪਾਂ ਨੂੰ ਪਤਾ ਹੀ ਹੈ, ਕਿਤੇ ਮੁਫ਼ਤ ਦੀ ਚੀਜ਼ ਜੀ ਮਿਲਦੀ ਹੋਵੇ ਨਾ, ਦੁਨੀਆਂ ਭੱਜੀ ਜਾਂਦੀ ਹੈ ਵੀ ਚੱਲ ਲਈ ਲੈਂਦੇ ਹਾਂ, ਕੁਛ ਤਾਂ ਮਿਲੇ ਹੀ ਰਹੇ ਨੇ। ਜਿਹੜਾ ਮੇਰੇ ਦਰਸ਼ਨ ਕਰੇਗਾ ਉਹਨੂੰ ਸਾਲ ਦਾ ਸਵਰਗ ਮਿਲ ਜਾਏਗਾ, ਤੇ ਸਾਧ ਸੰਗਤ ਦੁਨੀਆਂ ਡਿੱਗਣ ਲੱਗੀ, ਸਭ ਹੁਕਰਾ ਦੇ ਦਿੱਤਾ, ਚਲੇ ਗਏ। ਦੁਨੀਆਂ ਤਾਂ ਉੱਧਰ ਨੂੰ ਇਹ ਭੱਜ ਲੈਂਦੀ ਹੈ, ਮਾੜਾ ਜਿਹਾ ਕੋਈ ਪਖੰਡ ਕਰਦਾ ਨਾ, ਪਖੰਡ ਦੇ ਜਿਹੜਾ ਬੋਲਬਾਲਾ ਬਹੁਤ ਜ਼ਿਆਦਾ ਹੁੰਦਾ ਹੈ, ਪਖੰਡ ਦਾ ਬੋਲਬਾਲਾ। ਆਪਣੀ ਕਮਾਈ ਨੇ ਕੰਮ ਕਰਨਾ ਸਾਧ ਸੰਗਤ ਜੀ, ਕਿਸੇ ਨੇ ਕੁਝ ਨਹੀਂ ਦੇ ਸਕਦਾ, ਕੋਈ ਆਪਣੀ ਕਮਾਈ ਨੇ ਕੰਮ ਕਰਨਾ। ਇਹ ਤਾਂ ਗੁਰੂ ਦਿਆਲ ਹੁੰਦਾ ਜਿਹੜਾ ਕਰਮ ਕੱਟ ਦਿੰਦਾ ਹੈ, ਤੇ ਸਾਧ ਸੰਗਤ ਜੀ ਸਤਿਗੁਰੂ ਦਿਆਲਤਾ ਦੇ ਘਰ ਆਉਂਦਾ, ਤੇਰੇ ਕੋ ਕਰਮ ਕੱਟ ਦਿੰਦਾ, ਪਰ ਨਹੀਂ ਕਰਮ ਆਪਣਾ ਭੋਗਣਾ ਪੈਂਦਾ, ਕੋਈ ਕਿਸੇ ਨੂੰ ਕੁਝ ਨਹੀਂ ਦੇ ਸਕਦਾ, ਨਾ ਕਿਸੇ ਦਾ ਕਰਿਆ ਤੁਹਾਨੂੰ ਮਿਲੇਗਾ। ਵਿੱਦਿਆ ਕਿਸੇ ਬੱਚੇ ਨੇ ਪ੍ਰਾਪਤ ਕੀਤੀ ਹੈ, ਉਸੇ ਬੱਚੇ ਨੂੰ ਵਿੱਦਿਆ ਦਾ ਗਿਆਨ ਹੋਏਗਾ, ਦੂਜੇ ਦੀ ਵਿੱਦਿਆ ਪੜ੍ਹਾਈ ਕਿਸੇ ਦੇ ਕੀ ਕੰਮ ਕਰੇਗੀ, ਦੱਸੋ। ਰਹੋ ਵਿਚਾਰ, ਉਹ ਮਹੇਸ਼ ਦੱਤ ਨੇ ਹੋਕਰਾ ਦਿੱਤਾ, ਬੜਾ ਜੋਗੀ ਹੈ, ਬੜਾ ਤਪਸਵੀ ਹੈ, ਇੱਕ ਤਾਂ ਕਰਨਾ ਹੁੰਦਾ ਆਪਣੇ ਲਈ ਜਪ ਤਪ, ਆਪਣੇ ਲਈ
ਤੇ ਪਰਮਾਤਮਾ ਨੂੰ ਪਾਉਣ ਵਾਸਤੇ, ਇੱਕ ਹੁੰਦਾ ਦੁਨੀਆਂ ਦੀ ਪ੍ਰਭਤਾ ਲੈਣ ਵਾਸਤੇ, ਦੁਨੀਆਂ ਦੀ ਵਡਿਆਈ ਲੈਣ ਵਾਸਤੇ। ਬਹੁਤੇ ਦੇਖੇ ਨੇ ਸਾਧ ਆਪਣੀ ਤਪੱਸਿਆ ਕਰਦੇ ਨੇ, ਕਮਾਈ ਕਰਦੇ ਨੇ, ਇਹ ਗੱਲ ਨਹੀਂ ਹੈ ਕਮਾਈ ਨਹੀਂ ਕਰਦੇ, ਕਰਦੇ ਨੇ ਪਰ ਕਿਸੇ ਹੋਰ ਭਾਵਨਾ ਨਾਲ, ਸਿੱਧੀ ਲੈਣ ਵਾਸਤੇ। ਇਸ ਵਾਸਤੇ ਸਾਧ ਸੰਗਤ ਜੀ ਕਈ ਚਲੇ ਜਾਂਦੇ, ਉਹਨਾਂ ਕੋਲ ਸੱਟੇ ਦੇ ਨੰਬਰੀ ਲਈ ਜਾਂਦੇ, ਉਹ ਉਹਨਾਂ ਨੂੰ ਗਵਾਈ ਜਾਂਦੇ। ਆਪਣਾ ਜਿਹੜਾ ਜਪ ਤਪ ਕੀਤਾ ਹੈ ਉਹ ਸੱਟਿਆਂ 'ਚ ਹੀ ਗਵਾਈ ਜਾ ਰਹੇ। ਇਹ ਦੁਨੀਆਂ ਦਾ ਲੋੜ ਦੀ ਹੈ ਤਾਂ ਅਗਲਾ ਜਾ ਕੱਢਦੇ, ਮੇਰਾ ਕੰਮ ਕਰ ਬਸ, ਸਾਧ ਭਾਵੇਂ ਮਰੇ ਭਾਵੇਂ ਜਿਉਵੇਂ ਮੈਨੂੰ ਸੁਖੀ ਕਰਦੇ। ਇਹੋ ਜਿਹਾ ਦੁਨੀਆਂ ਦਾ ਲੋੜਾਂ ਦਾ ਸੌਦਾ ਸੰਸਾਰ ਹੈ, ਇਹ ਤਾਂ ਸਾਧ ਸੰਗਤ ਜੀ ਲੋੜਾਂ ਦਾ ਸੌਦਾ ਹੈ। ਕੋਈ ਕਿਸੇ ਨਾਲ ਅੰਦਰੋਂ ਪ੍ਰੇਮ ਕਰਕੇ ਬਿਰਲਾ ਜੁੜਦਾ ਹੈ, ਸਭ ਲੈਣ ਦੇਣ ਮਾਤਰ ਹੈ, ਲੈਣ ਦੇਣ ਮਾਤਰ, ਸਭ ਲੈਣ ਦੇਣ ਮਾਤਰ। ਇਹ ਭੁਲੇਖਾ ਹੈ ਆਪਾਂ ਨੂੰ, ਫਲਾਣਾ ਮੈਨੂੰ ਪ੍ਰੇਮ ਕਰਦਾ। ਕਦੇ ਦੇਖਿਓ ਝਾਤੀ ਮਾਰ ਕੇ, ਪ੍ਰੇਮ ਦੀ ਗੱਲ ਬਹੁਤ ਦੂਰ ਹੈ। ਸਭ ਲੋੜਾਂ ਦਾ ਸੰਸਾਰ ਹੈ, ਲੋੜਾਂ ਦਾ ਸੌਦਾ ਹੈ। ਸੋ ਰਹੋ ਵਿਚਾਰ, ਉਹਨੇ ਹੋਕਰਾ ਦੇ ਦਿੱਤਾ ਵੀ ਜਿਹੜਾ ਮੇਰੇ ਦਰਸ਼ਨ ਕਰੂਗਾ ਉਹਨੂੰ ਸਵਾਲ ਦਾ ਸਵਰਗ ਮਿਲ ਜਾਏਗਾ। ਚਲੇ ਗਏ ਦਰਸ਼ਨ ਕਰਨ ਨੂੰ, ਨਹੀਂ ਸਾਰਾ ਸ਼ਹਿਰ ਚਲਿਆ ਗਿਆ, ਇਲਾਕਾ ਚਲਿਆ ਗਿਆ। ਤੇ ਫਿਰ ਸਾਧ ਸੰਗਤ, ਇੱਕ ਉਸੇ ਸ਼ਹਿਰ ਵਿੱਚ ਰਹਿਣ ਵਾਲਾ ਸੀ ਗੁਰਮੁਖ, ਅਡੋਲ ਅਵਸਥਾ ਵਾਲਾ, ਪਰਮਾਤਮਾ ਦੇ ਨਾਮ ਨਾਲ ਜੁੜਿਆ ਹੋਇਆ, ਗੁਰੂ ਦੀ ਕਿਰਪਾ ਵਾਲਾ। ਅਸੀਂ ਤਾਂ ਮਾੜਾ ਜਿਹਾ ਸਾਨੂੰ ਕੋਈ ਦੇ ਤਾਂ ਉੱਧਰ ਨੂੰ ਭੱਜੇ ਜਾਂਦੇ ਹਾਂ ਵੀ ਲੈ ਬਈ ਲੁੱਟ ਲਿਆਈਏ ਸਾਰਾ ਕੁਝ। ਕੋਈ ਮਾੜਾ ਜਿਹਾ ਦੱਸਣ ਲੱਗ ਜਾਏ ਪੁੱਛਾ ਵਾਲਾ, ਅਸੀਂ ਨਹੀਂ ਛੱਡਦੇ। ਕਈ ਪੁੱਛਾ ਵਾਲਿਆਂ ਦੀ ਫਿਰੀ ਜਾਂਦੇ ਨੇ, ਪੁੱਛੀ ਜਾਓ ਫਿਰ ਕਰਮ ਬਦਲ ਜਾਏਗਾ, ਬਦਲ ਜਾਏਗਾ ਕਰਮ। ਕੋਈ ਕਰਮ ਬਦਲ ਦੇਗਾ ਤੁਹਾਡਾ ਦੱਸੋ? ਕਿਸੇ ਦੇ ਹੱਥ ਵਿੱਚ ਹੈ ਕਰਮ ਬਦਲਣ ਦੀ ਤਾਕਤ? ਚਲੋ ਦੱਸ ਵੀ ਦੇਗਾ, ਤੁਹਾਨੂੰ ਦੱਸ ਦੇਗਾ, ਪਰ ਬਦਲ ਦੇਗਾ? ਤੇ ਸਾਧ ਸੰਗਤ ਨਾ ਇਸ ਰਾਹੇ ਪਓ, ਜਿਹੜਾ ਪੂਰਨ ਸਤਿਗੁਰੂ ਤੇ ਭਰੋਸਾ ਕਰਦਾ ਨਾ ਉਹ ਟਿਕਿਆ ਉਹਦਾ ਮਨ। ਆਪਾਂ ਨੂੰ ਨਹੀਂ ਸੰਸਾਰ ਕੋਈ ਕੁਛ ਕਰੀ ਜਾਵੇ, ਕਿਸੇ ਤੋਂ ਕੁਝ ਨਹੀਂ ਲੈਣਾ, ਪਰ ਆਪਣੀ ਅਵਸਥਾ ਬਣਾਓ, ਆਪਣੇ ਮਨ ਦਾ ਭਰੋਸਾ ਬਣਾਓ, ਆਪਣਾ ਵਿਸ਼ਵਾਸ ਬਣਾਓ। ਇੱਕ ਤੇ ਟੇਕ ਰੱਖੋ, ਏਕਾ ਟੇਕ ਰੱਖੋ ਮਨ ਮਾਹੇ, ਇੱਕੋ ਹੀ ਭਰੋਸਾ, ਇੱਕ ਟੇਕ। ਜਿਹਦੀ ਇੱਕ ਟੇਕ, ਇੱਕ ਤੇ ਟੇਕ, ਇੱਕ ਤੇ ਭਰੋਸਾ ਹੋ ਜਾਂਦਾ, ਫਿਰ ਉਹਦੇ ਸਾਰੇ ਕਾਰਜ ਸਫਲ ਹੋ ਜਾਂਦੇ। ਦੋ ਬੇੜੀਆਂ ਦਾ ਸਵਾਰ ਡੁੱਬ ਜਾਂਦਾ। ਇਸ ਕਰਕੇ ਸਾਧ ਜੀ ਇੱਕ ਤੇ ਭਰੋਸਾ ਰਹੋ ਵਿਚਾਰ। ਦੁਨੀਆਂ ਜਾ ਰਹੀ ਹੈ ਮਹੇਸ਼ ਦੱਤ ਦੇ ਦਰਸ਼ਨ ਕਰਨ, ਵੀ ਬਹੁਤ ਸਾਧੂ ਤਕੜਾ ਹੈ ਬਈ, ਜੱਗ ਰਚਿਆ, ਜਿਹੜਾ ਦਰਸ਼ਨ ਕਰੇਗਾ। ਉਹਨੇ ਓਕਰਾ ਦਿਆ ਵੀ ਕੋਈ ਰਹਿ ਨਾ ਜਾਵੇ, ਜਿਹੜਾ ਕੋਈ ਰਹਿ ਗਿਆ ਉਹਨੂੰ 2 ਸਾਲ ਦਾ ਸਵਰਗ ਦੇਊਂਗਾ। ਸਾਰੇ ਪੁੱਛੇ ਆਪਣੇ ਸੇਵਕਾਂ ਨੂੰ, ਚੇਲਿਆਂ ਨੂੰ ਵੀ ਕੋਈ ਰਹਿੰਦਾ ਤਾਂ ਨਹੀਂ? ਫਿਰ ਜਿਵੇਂ ਆਪਾਂ ਨਾ ਨਗਰ ਕੀਰਤਨ ਕੱਢਦੇ ਹਾਂ, ਇਹ ਸਾਧ ਸੰਗਤ ਜੀ ਇਉਂ ਸ਼ਹਿਰ ਵਿੱਚ ਕਹਿੰਦਾ ਕੋਈ ਰਹਿ ਨਾ ਜਾਵੇ, ਓਕਰਾ ਮੈਂ ਦਰਸ਼ਨ ਆਪ ਦੇ ਕੇ ਆਉਂ ਚੱਲ ਕੇ। 4 ਚੇਲਿਆਂ ਚਾਟਣਾ ਨੇ ਚੱਕਿਆ, ਉਹਦਾ ਪਲੰਘਾ ਉਹਦਾ ਆਸਣ ਤੇ ਉੱਪਰ ਬਿਠਾਇਆ, ਜੋਗੀ ਮਹੇਸ਼ ਦੱਤ ਜਾ ਰਿਹਾ। ਉਹ ਦਰਸ਼ਨ ਕਰ ਲਓ ਸਵਰਗ ਲੈ ਲਓ, ਦਰਸ਼ਨ ਕਰ ਲਓ ਸਵਰਗ ਲੈ ਲਓ। ਪਰ ਇੱਕ ਭਾਈ ਤਿਲਕੂ ਨਾਂ ਦਾ ਗੁਰਮੁਖ ਗੁਰਸਿੱਖ, ਉਸੇ ਸ਼ਹਿਰ ਵਿੱਚ ਵਸਣ ਵਾਲਾ, ਆਪਣੀ ਕਿਰਤ ਕਰਨ ਵਾਲਾ, ਅੰਦਰੋਂ ਪਰਮਾਤਮਾ ਦੇ ਨਾਮ ਨਾਲ ਜੁੜਿਆ ਹੋਇਆ ਸੰਤੋਖੀ ਜੀਵਨ ਅਡੋਲ, ਉਹ ਕਹਿੰਦਾ ਮੈਂ ਦਰਸ਼ਨ ਨਹੀਂ ਕਰਨੇ। ਸੌਕਾ ਸਾਧ ਸੰਗਤ ਜੀ ਜਿੱਧਰੋਂ ਦੀ ਲੰਘਣਾ ਸੀ, ਜੋਗੀ ਨੇ ਆਪਣਾ ਦਰਵਾਜ਼ਾ ਹੀ ਭੇੜ ਲਿਆ, ਅੰਦਰੋਂ ਦਰਵਾਜ਼ਾ ਹੀ ਭੇੜ ਲਿਆ ਵੀ ਨਾ, ਇਹ ਤਾਂ ਦਰਸ਼ਨ ਕਰਨੇ ਇੱਕ ਸੱਚੇ ਪਾਤਸ਼ਾਹ ਦੇ, ਸਤਿਗੁਰਾਂ ਦੇ, ਗੁਰੂ ਅਰਜਨ ਦੇਵ ਮਹਾਰਾਜ ਦਾ ਗੁਰਸਿੱਖ ਹੈ। ਬਸ ਇੱਕ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਨੇ ਨੇ, ਹੋਰ ਲੋੜ ਨਹੀਂ ਹੈ ਕਿਸੇ ਦੇ ਦਰਸ਼ਨਾਂ ਦੀ। ਸੱਚੇ ਪਾਤਸ਼ਾਹ ਦੇ ਕਰਨੇ ਨੇ ਦਿਦਾਰੇ, ਝੂਠਿਆਂ ਦੀ ਲੋੜ ਕੋਈ ਨਾ। ਸੱਚੇ ਪਾਤਸ਼ਾਹ ਦੇ ਕਰਨੇ ਨੇ ਦਿਦਾਰੇ, ਝੂਠਿਆਂ ਦੀ ਲੋੜ ਕੋਈ ਨਾ। ਸੱਚੇ ਪਾਤਸ਼ਾਹ ਲੋੜ
ਉਹਨੇ ਦਰਵਾਜ਼ਾ ਭੇੜ ਲਿਆ ਜੋਗੀ ਕਹਿੰਦਾ ਕੋਈ ਰਹਿ ਤਾਂ ਨਹੀਂ ਗਿਆ ਸ਼ਹਿਰ ਵਿੱਚ ਕਹਿੰਦੇ ਇੱਕ ਰਹਿ ਗਿਆ ਭਾਈ ਤਿਰਖੂ ਕਿਰਤੀ ਹੈ ਆਪਣੀ ਕਿਰਤ ਕਰ ਰਿਹਾ ਤੇ ਸਾਧ ਸੰਗਤ ਜੀ ਕਹਿੰਦਾ ਉਹਨੂੰ ਲੋੜ ਨਹੀਂ ਹੈ ਸਵਰਗ ਦੀ ਹੁਣ ਜੋਗੀ ਨੇ ਦੇਖਿਆ ਵੀ ਅੱਜ ਇੱਕ ਨੇ ਜਵਾਬ ਦਿੱਤਾ ਕੱਲ ਨੂੰ ਦੋ ਹੋ ਜਾਣਗੇ ਫਿਰ ਮੇਰਾ ਮੰਤਰ ਤਾਂ ਚੱਲਣਾ ਹੀ ਨਹੀਂ ਮੈਨੂੰ ਤਾਂ ਮੰਨਣੋ ਹੀ ਹਟ ਜਾਣਗੇ ਪਰ ਸਾਧ ਸੰਗਤ ਜੀ ਜੇ ਸੋਭਾ ਲੋੜ ਨਹੀਂ ਹੁੰਦੀ ਹੈ ਨਾ ਹਉਮੈ ਛੱਡਣੀ ਪੈਂਦੀ ਹੈ ਜੇ ਸੰਸਾਰ ਵਿੱਚ ਸੋਭਾ ਲੋੜਦੇ ਹੋ ਵੀ ਸਾਡੀ ਸੋਭਾ ਹੋਵੇ ਜੇ ਕੋ ਆਪਣੀ ਸੋਭਾ ਲੋੜ ਹੈ ਸਾਧ ਸੰਗੇ ਹਉਮੈ ਛੋੜੇ ਆਪਦੇ ਆਪ ਨੂੰ ਵੱਡਾ ਨਹੀਂ ਕਹਾਉਣਾ ਸਾਧ ਸੰਗਤ ਵਿੱਚ ਜਾ ਕੇ ਨਿਮਰਤਾ ਨੀਵਾਂ ਹੋਣਾ ਆਪਣੀ ਹਉਮੈ ਦਾ ਤਿਆਗ ਕਰਨਾ ਜਿਨ੍ਹਾਂ ਨੇ ਹਉਮੈ ਦਾ ਤਿਆਗ ਕੀਤਾ ਉਹਨਾਂ ਦੀ ਸੋਭਾ ਹੁੰਦੀ ਹੈ ਸੰਸਾਰ ਵਿੱਚ ਜਿਹੜਾ ਆਪੇ ਪੰਡਾਂ ਬੰਨੀ ਬੈਠਾ ਹਉਮੈ ਹੰਕਾਰ ਦੀਆਂ ਉਹਦੀ ਸੋਭਾ ਹੋਏਗੀ ਮਾਇਆ ਦੀ ਸੋਭਾ ਮਾਇਆ ਕੀ ਸੋਭਾ ਚਾਰ ਦਿਹਾੜੇ ਜਾਂਦੀ ਬਿਲਮ ਨਾ ਹੋਏ ਇਸ ਯੁੱਗ ਮੈਂ ਸੋਭਾ ਨਾਮ ਕੀ ਬਿਨ ਨਾਵੈ ਸੋਭ ਨਾ ਹੋਏ ਨਾਮ ਜਪਣ ਵਾਲਿਆਂ ਦੀ ਉਹਨਾਂ ਦੀ ਸੋਭਾ ਯੁੱਗ ਯੁੱਗ ਹੁੰਦੀ ਰਹਿੰਦੀ ਸੋ ਰਹੋ ਵਿਚਾਰ ਕਹਿੰਦਾ ਅੱਜ ਇੱਕ ਨੇ ਜਵਾਬ ਦਿੱਤੇ ਉਹਨੂੰ ਕਹਿੰਦੇ ਪੰਜ ਸਾਲ ਦਾ ਸਵਰਗ ਦਿਓ ਮੇਰਾ ਸੁਨੇਹਾ ਦਿਓ ਪੰਜ ਸਾਲ ਦਾ ਉਹ ਜੋਗੀ ਦੇ ਸੇਵਕ ਕਹਿਣ ਲੱਗੇ ਭਾਈ ਤੂੰ ਦਰਵਾਜ਼ਾ ਖੋਲ ਤੈਨੂੰ ਕਹਿ ਵੀ ਜੋਗੀ ਨੇ ਵੀ ਪੰਜ ਸਾਲ ਦਾ ਸਵਰਗ ਤੇਰੇ ਵਾਸਤੇ ਉਹ ਕਹਿੰਦਾ ਸਵਰਗ ਹੁੰਦਾ ਕੀ ਹੈ ਸੁਰਗ ਵਾਸ਼ਨਾ ਵਾਸੀ ਹੈ ਡਰੀ ਹੈ ਨਾ ਨਰਕ ਨਿਵਾਸ ਅਸੀਂ ਕਹਿੰਦੇ ਹਾਂ ਸੁਰਗ ਕੀ ਹੁੰਦਾ ਸੁਰਗ ਤੇ ਕਿਆ ਸਾਧ ਸੰਗਤ ਜੀ ਕਿਆ ਨਰਕ ਕਿਆ ਸੁਰਗ ਵਿਚਾਰਾ ਸੰਤਨ ਦੋ ਰਾਧੇ ਰੱਦ ਕਰ ਦਿੱਤੇ ਰੱਬ ਦੇ ਪਿਆਰਿਆਂ ਨੇ ਕੀ ਨਰਕ ਹੁੰਦਾ ਕੀ ਸੁਰਗ ਹੁੰਦਾ ਪਰ ਜਿਹੜਾ ਗੁਰੂ ਦੀ ਸ਼ਰਨ ਵਿੱਚ ਕਿਰਪਾ ਆਨੰਦ ਬਣਦਾ ਨਾ ਇਹਦੇ ਤੁਲ ਕੋਈ ਵਸਤੂ ਨਹੀਂ ਹੈ ਕਿਆ ਨਰਕ ਕਿਆ ਸੁਰਗ ਵਿਚਾਰਾ ਸੰਤਨ ਦੋ ਰਾਧੇ ਹਮ ਕਿਸੀ ਕੀ ਕਾਣ ਨਾ ਕਰਤੇ ਆਪਣੇ ਗੁਰ ਪ੍ਰਸਾਦੇ ਐਵੇਂ ਨਹੀਂ ਕਿਸੇ ਦੀ ਵਡਿਆਈ ਕਰਦੇ ਨਾ ਕਿਸੇ ਤੋਂ ਈਣ ਮੰਨਦੇ ਹਾਂ ਨਾ ਕਿਸੇ ਨੂੰ ਭੈ ਕਾਹੂ ਕੋ ਦੇਤ ਹੈ ਨਹਿ ਭੈ ਮਾਨ ਧਿਆਨ ਨਾ ਕਿਸੇ ਨੂੰ ਭੈ ਦਿੰਦਾ ਗੁਰਮੁਖ ਨਾ ਕਿਸੇ ਤੋਂ ਭੈ ਲੈਂਦਾ ਨਾ ਕਿਸੇ ਦਾ ਭੈ ਮੰਨਦਾ ਸਿਰਫ ਅਕਾਲ ਪੁਰਖ ਬਸ ਉਹ ਕਹਿੰਦਾ ਮੈਨੂੰ ਚਾਹੀਦਾ ਨੀ ਤੈਨੂੰ ਨਹੀਂ ਚਾਹੀਦਾ ਮੈਂ ਦਰਸ਼ਨ ਕਰਨੇ ਨਾ ਕੀ ਕਿਆ ਨਰਕ ਕਿਆ ਸੁਰਗ ਵਿਚਾਰਾ ਸੰਤਨ ਦੋਗਾ ਸੁਰਗ ਵਾਸ਼ਨਾ ਵਾਸੀ ਹੈ ਦਰੀਏ ਨਾ ਨਰਕ ਨਿਵਾਸ ਹੋਣਾ ਹੈ ਸੋ ਹੋਰ ਮਨੋ ਨਾ ਕੀਜੇ ਆਸ ਰੱਬ ਦੇਊ ਵੱਖਰੀ ਗੱਲ ਹੈ ਹੁੰਦਾ ਹੈ ਜਿਹੜਾ ਹੋਵੇ ਕਦੇ ਮਨ ਚ ਇੱਛਾ ਨਹੀਂ ਕਰੀ ਵੀ ਸੁਰਗ ਚਾਹੀਦਾ ਪਰ ਸੁਰਗ ਨਰਕ ਦੀ ਗੱਲ ਨਹੀਂ ਨਾ ਕੋਈ ਡਰਦਾ ਹੈ ਗੁਰਮੁਖ ਅਡੋਲ ਬਿਰਤੀ ਵਿੱਚ ਅਡੋਲ ਬਿਰਤੀ ਜੋੜ ਕੇ ਬੈਠਾ ਇਹ ਸਾਧ ਸੰਗਤ ਜੀ ਗੁਰੂ ਦੇ ਦਰਸ਼ਨਾਂ ਵਾਸਤੇ ਰਹੋ ਵਿਚਾਰ ਜੋਗੀ ਮਹੇਸ਼ ਦੱਤ ਆਪ ਆਇਆ ਚੱਲ ਕੇ ਕਹਿੰਦਾ ਕੋਈ ਬਿਰਲਾ ਹੀ ਹੁੰਦਾ ਐਸਾ
ਜਦੋਂ ਬਾਹਰੋਂ ਹੋਕਰਾ ਦਿੱਤਾ ਆ ਤੈਨੂੰ ਸਦਾ ਦਾ ਸਵਰਗ। ਕਹਿੰਦੇ ਜੋਗੀ ਜੋਗੀ ਆ ਮੈਨੂੰ ਸਵਰਗ ਨਹੀਂ ਚਾਹੀਦਾ। ਕਿਉਂ ਨਹੀਂ ਚਾਹੀਦਾ? ਕਿਉਂਕਿ ਮੈਨੂੰ ਮੇਰੇ ਗੁਰੂ ਦੀ ਸਿੱਖਿਆ ਹੈ, ਮੇਰੇ ਸਤਿਗੁਰੂ ਦੀ ਮੇਰੇ ਤੇ ਮਿਹਰ ਹੈ, ਮੈਂ ਤਾਂ ਸਦਾ ਆਨੰਦ ਵਿੱਚ ਰਹਿਣਾ। ਮੈਨੂੰ ਨਾ ਨਰਕਾਂ ਤੋਂ ਡਰ ਲੱਗਦਾ, ਨਾ ਮੇਰੇ ਸੁਰਗ ਦੀ ਇੱਛਾ ਮਨ ਵਿੱਚ। ਜਦੋਂ ਸੁਣਿਆ ਨਾ ਇਹ ਗੱਲਾਂ ਜੋਗੀ, ਤੁਹਾਨੂੰ ਕੋਈ ਜਵਾਬ ਦੇਣ ਵਾਲਾ ਅੱਗੋਂ ਮਿਲੇ ਫਿਰ ਥੋੜੇ ਜਿਹੇ ਕੰਨ ਖੁੱਲਦੇ ਨੇ। ਉਹ ਕਹਿੰਦਾ ਫਿਰ ਹੁਣ ਮੈਨੂੰ ਇੱਛਾ ਨਹੀਂ ਹੈ, ਮੇਰੇ ਸਤਿਗੁਰਾਂ ਦੀ ਕਿਰਪਾ ਹੈ ਬਸ। ਮੈਂ ਤਾਂ ਸੱਚੇ ਪਾਤਸ਼ਾਹ ਸਤਿਗੁਰਾਂ ਦੇ ਦਿਦਾਰੇ ਕਰਦਾ। ਸਰਗੁਣ ਦੇ ਕਰੇ, ਸਰਗੁਣ ਨੇ ਕਿਰਪਾ ਕੀਤੀ, ਉਹ ਨਿਰਗੁਣ ਦੇ ਦਿਦਾਰੇ ਹੋਏ, ਨਾਮ ਨਾਲ ਜੁੜਿਆ ਹੋਇਆ ਨਿਰਗੁਣ ਵਾਹਿਗੁਰੂ ਦੇ ਦਿਦਾਰ ਕਰ ਰਿਹਾ। ਲੋੜੀ ਨੇ ਕੋਈ ਇੱਛਾ, ਸਾਰੀਆਂ ਇੱਛਾ ਪੂਰਕ ਸਰਵ ਸੁਖਦਾਤਾ, ਮੇਰੀਆਂ ਇੱਛਾ ਹੀ ਪੂਰੀਆਂ ਹੋ ਗਈਆਂ, ਮੇਰੇ ਅੰਦਰ ਸੰਤੋਖ, ਸਤਿਗੁਰਾਂ ਨੇ ਕਿਰਪਾ ਕਰ ਦਿੱਤੀ। ਤੇ ਜਾ ਸਾਧ ਸੰਗਤ ਜੀ, ਜੋਗੀ ਕਹਿਣ ਲੱਗਾ ਹੁਣ ਮੈਂ ਦਰਸ਼ਨ ਨਹੀਂ ਤੈਨੂੰ ਦੇਣੇ, ਤੇਰੇ ਦਰਸ਼ਨਾਂ ਦੀ ਹੁਣ ਮੈਨੂੰ ਲੋੜ ਹੈ। ਇਹੋ ਜਿਹਾ ਵੀ ਕੋਈ ਹੈ ਜਿਹਦਾ ਸਿੱਖ ਇੰਨਾ ਮਹਾਨ ਹੈ, ਉਹਦਾ ਗੁਰੂ ਕਿੱਡਾ ਮਹਾਨ ਹੋਏਗਾ, ਕਿੰਨਾ ਮਹਾਨ ਹੋਏਗਾ? ਅਸੀਂ ਤਾਂ ਮਾੜੀ ਜੀ ਗੱਲ ਤੇ ਡੋਲ ਜਾਂਦੇ ਹਾਂ, ਜੇ ਕੋਈ ਮਾੜਾ ਜਿਹਾ ਲਾਲਚ ਦੇ ਦੌੜੇ ਜਾਵਾਂਗੇ ਭੱਜੇ। ਤੇ ਸਾਧ ਸੰਗਤ ਕਹਿੰਦਾ ਵੀ ਜੋਗੀ ਕਹਿਣ ਲੱਗਾ ਵੀ ਭਾਈ ਤਿਰਕੁਨੂ ਦਰਸ਼ਨ ਮੈਨੂੰ ਤੂੰ ਦੇ। ਉਹ ਕਹਿੰਦਾ ਮੈਂ ਦਰਸ਼ਨ ਯੋਗ ਨਹੀਂ, ਮੇਰੇ ਸਤਿਗੁਰ ਦਰਸ਼ਨ ਯੋਗ ਨੇ। ਕਹਿੰਦਾ ਦਰਵਾਜ਼ਾ ਖੋਲ ਮੈਨੂੰ ਨਹੀਂ ਪਤਾ। ਸਾਰੇ ਚਿੜੀ ਸਾਧ ਸੰਗਤ ਜੀ ਮੈਲ ਸੀ ਉਤਰਨੀ ਸ਼ੁਰੂ ਹੋ ਗਈ, ਇਨਕਾਰ ਉਤਰਨਾ ਸ਼ੁਰੂ ਹੋ ਗਿਆ, ਕਿਉਂਕਿ ਜੋਗੀ ਦਾ ਵੀ ਸਮਾਂ ਆ ਗਿਆ। ਕੋਈ ਜਦੋਂ ਫਤਿਹ ਬੁਲਾਈ, ਫਤਿਹ ਦੀ ਸਾਂਝ ਕੀਤੀ, ਨਮਸਕਾਰ ਕੀਤੀ, ਫਤਿਹ ਬੁਲਾਈ, ਰਾਮ ਰਾਮ ਬੁਲਾਈ, ਤੇ ਸਾਧ ਸੰਗਤ ਕਹਿੰਦੇ ਵੀ ਤੇਰਾ ਗੁਰੂ ਕੌਣ ਹੈ? ਦੱਸਿਆ ਗੁਰੂ ਅਰਜਨ ਦੇਵ ਮਹਾਰਾਜ। ਤੇ ਸਾਧ ਸੰਗਤ ਕਹਿੰਦਾ ਫਿਰ ਉਹਨਾਂ ਦੇ ਦਰਸ਼ਨ ਕਰਾਓ, ਉਹਨਾਂ ਦੇ ਦਰਸ਼ਨ ਨਾਲ ਲੈ ਕੇ ਗਿਆ ਭਾਈ ਉਸ ਜੋਗੀ। ਇਤਿਹਾਸ ਬੜਾ ਲੰਬਾ ਚੌੜਾ ਹੈ। ਤੇ ਸਾਧ ਸੰਗਤ ਜੀ ਲੈ ਕੇ ਗਿਆ, ਜਾਂਦਾ ਜਾਂਦਾ ਗੱਲਾਂ ਕਰਦਾ, ਕਿੰਨੀ ਕੁ ਆਰਜੂ ਹੈ ਤੇਰੇ ਗੁਰੂ ਦੀ? ਉਹ ਕਹਿੰਦੇ 40-45 ਸਾਲ ਹੋਏਗੀ। ਗੁਰੂ ਦੀ ਆਰਜੂ ਮੈਂ ਕੀ ਦੱਸ ਸਕਦਾ, ਸਰੀਰ ਦੀ ਉਮਰ 40-45 ਸਾਲ ਹੈ, ਫਿਰ ਬਹੁਤ ਛੋਟਾ ਹੈ। ਜੋਗੀ ਦੀ ਉਮਰ ਵਡੇਰੀ 100 ਸਾਲ ਤੋਂ 150 ਸਾਲ। ਤੇ ਸਾਧ ਸੰਗਤ ਜੀ ਕਹਿੰਦਾ ਫਿਰ ਉਹ ਤਾਂ ਬੱਚਾ ਹੀ ਹੈ। ਕਹਿੰਦੇ ਜੋਗੀਆਂ ਉਮਰਾਂ ਤੋਂ ਕੀ ਲੈਣਾ ਹੈ? ਤੇ ਜਾ ਕੇ ਮਹਾਰਾਜ ਨੇ ਪਹਿਲੀ ਤੰਬੂ ਲਵਾ ਦਿੱਤਾ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਨੇ, ਕਿਉਂਕਿ ਪਤਾ ਹੀ ਹੁੰਦਾ ਵੀ ਕੌਣ ਆ ਰਿਹਾ। ਕਨਾਤ ਲਵਾ ਦਿੱਤੀ, ਤੰਬੂ ਲਵਾ ਦਿੱਤਾ, ਲੰਗਰ ਪਾਣੀ ਛਕਿਆ, ਜਲ ਪਾਣੀ ਛਕਿਆ। ਕਹਿੰਦਾ ਮਹਾਰਾਜ ਦੇ ਦਰਸ਼ਨ ਕਰਾਓ। ਮਹਾਰਾਜ ਕਹਿੰਦੇ ਐਂ ਤਾਂ ਨਹੀਂ ਦਰਸ਼ਨ ਦੇਣੇ, ਉੱਥੇ ਭਾਈ ਕਨਾਤ ਲਾ ਦਿਓ, ਇੱਕ ਪਰਦਾ ਲਾ ਦਿਓ। ਵਿਚਕਾਰ ਇੱਕ ਪਰਦਾ ਲਾ ਦਿੱਤਾ, ਦੂਸਰੇ ਪਾਸੇ ਸਤਿਗੁਰੂ ਜੀ ਸੰਗਤਾਂ ਨੂੰ ਦਰਸ਼ਨ ਦੇ ਰਿਹਾ ਬਿਰਾਜਮਾਨ ਨੇ, ਦੂਜੇ ਪਾਸੇ ਜੋਗੀ। ਭਾਈ ਤਿਰਕੂ ਨੇ ਬੇਨਤੀ ਕੀਤੀ, ਕਹਿੰਦੇ ਮਹਾਰਾਜ ਦਰਸ਼ਨਾਂ ਵਾਸਤੇ। ਕਹਿੰਦੇ ਕੋਈ ਨਹੀਂ, ਹੋ ਜਾਣਗੇ ਦਰਸ਼ਨ। ਇਹਦੇ ਮਨ ਵਿੱਚ ਸ਼ੰਕੇ ਨੇ, ਸ਼ੰਕੇ ਜਿਹੜੇ ਮਨ ਦੇ ਸ਼ੰਕੇ ਹੁੰਦੇ ਨਾ ਸਾਧ ਸੰਗਤ ਜੀ, ਉਹ ਕੱਢਣੇ ਸੀ, ਨਿਮਿਤ ਕਰਨਾ ਸੀ ਮਹਾਰਾਜ ਨੇ। ਤੇ ਇੱਕ ਕੰਨ ਦੀ ਮੁੰਦਰ ਸੀ ਸੱਚੇ ਪਾਤਸ਼ਾਹ ਦੇ ਕੋਲ, ਕਨਾਤ ਦੇ ਵਿੱਚ ਦੀ ਮਹਾਰਾਜ ਉਸ ਜੋਗੀ ਵੱਲ ਕਰਦੇ ਨੇ। ਉਹਦੇ ਮਨ ਵਿੱਚ ਹੋਇਆ ਵੀ ਦੇਖਾਂਗੇ ਗੁਰੂ ਜਾਣੀ ਜਾਣ ਹੈ ਜਾਂ ਨਾ। ਕਹਿੰਦੇ ਜੋਗੀ ਆ ਇੱਕ ਕੰਨ ਦੀ ਮੁੰਦਰ ਹੈ, ਸਿਆਣਗਾ ਭਲਾ ਕੀਦੀ ਹੈ। ਜਦੋਂ ਕੱਢੀ ਨਾ ਥੱਲੋਂ ਦੀ ਕਨਾਤ ਹੱਥ ਕਰਕੇ ਦਿੱਤੀ, ਮੁੰਦਰ ਦੇਖੀ, ਇਹ ਤਾਂ ਮੇਰੇ ਕੰਨ ਦੀ ਮੁੰਦਰ ਹੈ, ਮੇਰੇ ਕੰਨ ਦੀ ਮੁੰਦਰ।
ਆਏ ਕੰਨ ਦੀ ਮੁੰਦਰ ਸਾਨੂੰ ਲੱਭੀ ਹੈ ਤੇਰੀ ਹੈ ਤਾਂ ਸਿਆਣ ਜੋਗਿਆ ਸਾਨੂੰ ਕੰਨ ਦੀ ਮੁੰਦਰ ਇੱਕ ਲੱਭੀ ਤੇਰੀ ਹੈ ਤਾਂ ਸਿਆਣ ਜੋਗਿਆ ਸਿਆਣ ਜੋਗਿਆ ਆਹ ਕੰਨ ਦੀ ਮੁੰਦਰ ਸਾਨੂੰ ਲੱਭੀ ਹੈ ਤੇਰੀ ਹੈ ਤਾਂ ਸਿਆਣ ਜੋਗਿਆ ਸਾਧ ਸੰਗ ਜੀ ਜਦੋਂ ਜੋਗੀ ਨੇ ਦੇਖੀ ਫਿਰ ਪੜਦਾ ਪੜਨ ਤੱਕ ਜਾਵੇ ਮਹਾਰਾਜ ਦਰਸ਼ਨ ਦਿਓ ਇਹ ਤੁਹਾਨੂੰ ਕਿੱਥੋਂ ਮਿਲ ਗਈ ਸਾਰੀ ਵਾਰਤਾ ਦੱਸੀ ਕਹਿੰਦੇ ਭਾਈ ਉਮਰ ਦਾ ਮਾਣ ਕਰਦਾ ਵਡੇਰੀ ਦਾ ਅਸੀਂ ਚੋਲਾ ਸਰੀਰ ਬਦਲ ਕੇ ਆ ਗਏ ਤੂੰ ਉਹੀ ਪੁਰਾਣਾ ਚੱਕੀ ਫਿਰਦਾ ਤੇ ਸਾਧ ਸੰਗ ਜੀ ਕਹਿੰਦਾ ਫਿਰ ਦੱਸ ਜੋਗੀ ਆ ਇਹ ਕਿੱਥੇ ਸੀ ਕਹਿੰਦਾ ਇੱਕ ਵਾਰ ਮੈਂ ਨਦੀ ਪਾਰ ਕਰਨ ਲੱਗਿਆ ਬੇੜੇ ਵਿੱਚ ਬਹਿ ਗਏ ਉਦੋਂ ਮੈਂ ਯੋਗ ਸਾਧਨਾ ਕਰਦਾ ਹੁੰਦਾ ਸੀ ਕੰਨਾਂ 'ਚ ਮੁੰਦਰਾਂ ਪਾਈਆਂ ਸੀ ਮੇਰੇ ਤੇ ਸਾਧ ਸੰਗ ਜੀ ਭਾਵੇਂ ਕੰਨਾਂ 'ਚ ਬਾਹਰੋਂ ਮੁੰਦਰਾਂ ਪਾਈਆਂ ਭੇਖ ਕੀਤਾ ਕਿਸੇ ਨੇ ਵੀ ਕੀਤਾ ਕਿਸੇ ਨੇ ਸੰਤ ਦਾ ਕਿਸੇ ਨੇ ਸਿੱਖ ਦਾ ਕਿਸੇ ਨੇ ਸਾਧੂ ਦਾ ਪ੍ਰਵਾਨ ਹੈ ਭੇਖ ਨੂੰ ਨਮਸਕਾਰ ਹੈ ਇਹ ਵੀ ਮਹਾਰਾਜ ਨੇ ਬਖਸ਼ੇ ਪਰ ਸਾਧ ਸੰਗ ਜੀ ਉੱਪਰੋਂ ਉੱਪਰੋਂ ਨਹੀਂ ਮੁੰਦਾ ਸੰਤੋਖ ਸ਼ਰਮਪਤ ਝੋਲੀ ਧਿਆਨ ਕੀ ਕਰੇ ਬਭੂਤ ਜੋਗੀਆ ਜੇ ਪਾਉਣੇ ਸੰਤੋਖ ਦੀਆਂ ਮੁੰਦਰਾਂ ਮੁੰਦਰਾਂ ਪਾ ਮਹਾਰਾਜ ਨੇ ਕਿਹਾ ਜਨੇਊ ਪਹਿਣ ਦਿਓ ਮੈਨੂੰ ਪੰਡਤਾਂ ਨੂੰ ਪਾਉਣ ਨੂੰ ਤਿਆਰ ਬੈਠੇ ਨਾਨਕ ਤਾਂ ਪਰ ਹੋਵੇ ਕਿਹੋ ਜਿਹਾ ਦਇਆ ਕਪਾਹ ਸੰਤੋਖ ਸੂਤ ਜਤ ਗੰਢੀ ਸਤ ਵਟ ਦਇਆ ਦੀ ਕਪਾਹ ਹੋਵੇ ਕਹਿਣ ਦਾ ਭਾਵ ਕੀ ਹੈ ਅੰਦਰ ਦਇਆ ਹੋਵੇ ਹਿਰਦੇ ਵਿੱਚ ਇੱਕ ਪਹਿਨਣਾ ਇੱਕ ਧਾਰਨ ਕਰਨਾ ਸੰਤੋਖ ਸੰਤੋਖ ਦਾ ਸੂਤ ਹੋਵੇ ਜਿਹਨੂੰ ਜਤ ਦੀਆਂ ਗੰਢਾਂ ਸੱਤ ਦਾ ਵਟ 52 ਉਂਗਲਾਂ ਦਾ ਧਾਗਾ ਹੁੰਦਾ ਹੈ ਜਨੇਊ ਜਿਹੜਾ ਪਾਇਆ ਜਾਂਦਾ 52 ਉਂਗਲਾਂ ਦਾ ਧਾਗਾ ਤੇ ਸਾਧ ਸੰਗ ਜੀ ਭਾਵੇਂ ਸਰੀਰ ਕਿਸੇ ਦਾ ਵੱਡਾ ਹੈ ਭਾਵੇਂ ਕਿਸੇ ਦਾ ਛੋਟਾ ਪਹਿਨੋ ਆਪਣੇ ਧਰਮ ਵਿੱਚ ਪਰਪੱਕ ਹੋ ਪਰ ਅੰਦਰ ਧਾਰਨ ਕਰੋ ਗੁਣਾਂ ਨੂੰ ਉਹਨਾਂ ਗੁਣਾਂ ਨੂੰ ਸੋ ਰਹੋ ਵਿਚਾਰ ਦਇਆ ਕਪਾਹ ਸੰਤੋਖ ਸੂਤ ਜਤ ਗੰਢੀ ਸਤ ਵਟ ਇਹ ਜਨੇਊ ਜੀ ਕਾ ਹੈ ਤਾਂ ਪਾਂਡੇ ਕੱਤ ਕਹਿੰਦੇ ਜੇ ਤੇਰੇ ਕੋਲ ਹੈਗਾ ਮੈਂ ਤੇ ਪਵਾਉਣ ਨੂੰ ਤਿਆਰ ਹਾਂ ਜਵਾਬ ਥੋੜ੍ਹੀ ਦਿੱਤੇ ਫਿਰ ਨਾ ਉਹ ਟੁੱਟੇ ਨਾ ਮਲ ਲੱਗੇ ਇਹ ਧਾਗਾ ਮੈਲਾ ਵੀ ਹੋਊਗਾ ਇੱਕ ਦਿਨ ਇਹਨੇ ਟੁੱਟ ਵੀ ਜਾਣਾ ਪਰ ਉਹ ਜਿਹੜਾ ਅੰਦਰ ਧਾਰਨ ਕੀਤਾ ਨਾ ਗੁਣ ਉਹ ਕਦੇ ਨਿਕਲਣਗੇ ਨਹੀਂ ਫਿਰ ਨਾ ਉਹ ਟੁੱਟੇ ਨਾ ਮਲ ਲੱਗੇ ਨਾ ਉਹ ਜਲੇ ਨਾ ਜਾਏ ਨਾ ਉਹਨੂੰ ਕੋਈ ਜਲਾ ਸਕਦਾ ਹੁਣ ਔਰੰਗਜ਼ੇਬ ਨੇ ਜਨੇਊ ਲਾਉਣੇ ਸ਼ੁਰੂ ਕੀਤੇ ਪਰ ਅੰਦਰੋਂ ਕਿਸੇ ਦੇ ਧਰਮ ਤਾਂ ਨਹੀਂ ਕੋਈ ਕੱਢ ਸਕਦਾ ਬਈ ਠੀਕ ਹੈ ਬਾਹਰੋਂ ਜਨੇਊ ਲਾ ਦਿੱਤੇ ਧੱਕੇ ਨਾਲ ਮੁਸਲਮਾਨ ਬਣਾਉਂਦਾ ਸੀ ਧੱਕੇ ਨਾਲ ਕਿਸੇ ਦੀ ਮਰਯਾਦਾ ਤੋੜਨੀ ਪਰ ਅੰਦਰੋਂ ਤਾਂ ਨਹੀਂ ਕੱਢ ਸਕਦਾ ਧਰਮ ਨੂੰ ਕੋਈ ਦੱਸੋ ਅੰਦਰੋਂ ਕੱਢ ਦੇਗਾ ਕੋਈ ਜਿਹਦੇ ਅੰਦਰ ਗੱਡ ਗਿਆ ਉਹਦੇ ਅੰਦਰੋਂ ਨਹੀਂ ਨਿਕਲਦਾ ਅੰਦਰੋਂ ਗੁਣ ਨਹੀਂ ਕੋਈ ਕੱਢ ਸਕਦਾ ਕਿਸੇ ਦੇ ਫਿਰ ਮਹਾਰਾਜ ਕਹਿੰਦੇ ਹੈ ਤਾਂ ਪਾਂਡੇ ਘੱਤ ਨਾ ਇਹ ਟੁੱਟੇ ਨਾ ਮਲ ਲੱਗੇ ਨਾ ਇਹ ਜਲੇ ਨਾ ਜਾਏ ਧਨ ਸੁ ਮਾਣਸ ਨਾਨਕਾ ਜੋ ਗੱਲ ਚੱਲੇ ਪਾਏ ਉਹ ਮਾਣਸ ਧਨ ਹੈ ਜਿਹਨੇ ਇਹ ਜਨੇਊ ਪਹਿਨੇ ਇਹ ਪਾ ਦਿਓ ਭਾਈ ਪ੍ਰਵਾਨ ਹੈ ਪਰ ਸਤ ਸੰਗ ਜੀ ਹੁਣ ਆਪਾਂ ਪਹਿਨ ਤਾਂ ਲੈਂਦੇ ਹਾਂ ਧਾਰਨ ਕਰਨੇ ਬੜੀਆਂ ਗੱਲਾਂ ਔਖੀਆਂ
ਹਿਰਦੇ ਵਿੱਚ ਟਿਕਾਉਣੀਆਂ ਪੈਂਦੀਆਂ, ਮਨ ਵਿੱਚ ਧਾਰਨ ਕਰਨਾ ਪੈਂਦਾ, ਦਇਆ ਲਿਆਉਣੀ, ਸੰਤੋਖ, ਖਿਮਾ। ਇਸ ਕਰਕੇ ਜੋਗੀ ਨੇ ਸਾਧ ਸੰਗਤ ਜੀ ਤੋਂ ਮੁੰਦਰ ਫੜਾਈ, ਕਹਿੰਦਾ ਮਹਾਰਾਜ ਸਮੁੰਦਰ ਵਿੱਚ ਨਦੀ ਵਿੱਚ ਪਾਰ ਕਰਦਾ ਸੀ ਬੇੜੇ ਵਿੱਚ, ਉਹ ਬੇੜਾ ਡੋਲਣ ਲੱਗਿਆ, ਨਦੀ ਵਿੱਚ ਤੂਫਾਨ ਆਇਆ, ਕਿਉਂਕਿ ਸਵਾਰੀਆਂ ਜ਼ਿਆਦੇ ਸੀ, ਹੁਣ ਜ਼ਿਆਦੇ ਚੜ੍ਹ ਗਏ ਉੱਪਰ। ਉਹਨੇ ਦੇਖਿਆ ਜਿਹੜਾ ਬੇੜੇ ਨੂੰ ਚਲਾਉਂਦਾ ਸੀ, ਉਹ ਕਹਿੰਦਾ ਵੀ ਕਿਸੇ ਦੀ ਬਲੀ ਲੋਚਦਾ। ਹੁਣ ਇੱਕ ਬਹਾਨਾ ਹੁੰਦਾ ਸੀ ਬਲੀ ਦਾ, ਹੈ ਤਾਂ ਵਜਨ ਵੱਧ ਗਿਆ ਵੀ ਹੁਣ ਕਿਸੇ ਦੀ ਬਲੀ ਹੈ, ਇਹਨੂੰ ਬਲੀ ਦੇਣੀ ਪਊ, ਤਾਂ ਸ਼ਾਂਤ ਹੋ ਜਲ। ਤੇ ਸਾਧ ਸੰਗਤ ਫਿਰ ਹੁਣ ਕੌਣ ਭਾਈ ਮਰਨ ਲਈ ਕੌਣ ਤਿਆਰ ਹੁੰਦਾ, ਕਹਿੰਦਾ ਮੈਨੂੰ ਵਾਧੂ ਜਿਹਾ ਸਮਝਿਆ ਤੇ ਮੈਨੂੰ ਚੱਕ ਕੇ ਉਸ ਬੇੜੀ ਵਿੱਚੋਂ ਉਸ ਨਦੀ ਵਿੱਚ ਸਮੁੰਦਰ ਵਿੱਚ ਸਿੱਟ ਦਿੱਤਾ। ਪਤਾ ਨਹੀਂ ਕਿਸ ਚੀਜ਼ ਨੇ ਮੈਨੂੰ ਕੰਢੇ ਲਾਇਆ, ਮੈਨੂੰ ਨਹੀਂ ਪਤਾ। ਜਦੋਂ ਮੈਨੂੰ ਹੋਸ਼ ਆਈ ਨਾ, ਪਾਣੀ 'ਤੇ ਤਰਕੇ ਕਿਸੇ ਇੱਕ ਕੰਢੇ ਲੱਗ ਗਿਆ, ਕਿਸੇ ਨੇ ਮੇਰੀ ਜਾਨ ਬਚਾਈ। ਪਰ ਜਦੋਂ ਮੈਂ ਦੇਖਿਆ ਮੇਰੇ ਕੰਨ 'ਤੇ ਮੁੰਦਰ ਇੱਕ ਹੈ ਨਹੀਂ ਸੀ, ਕਿਸੇ ਜਾਨਵਰ ਨੇ, ਕਿਸੇ ਜੀਵ ਨੇ ਉਹ ਕੰਨ ਦੀ ਮੁੰਦਰ ਨੂੰ ਤੇ ਸਮੇਤ ਕੰਨ ਨੂੰ ਜਿਵੇਂ ਕੋਈ ਖਾ ਲਿਆ ਹੋਵੇ। ਤੇ ਸਾਧ ਸੰਗਤ ਜੀ ਇਸ ਤਰ੍ਹਾਂ ਗੁਰੂ ਸਾਹਿਬ ਕਹਿੰਦੇ ਬਸ ਫਿਰ ਤੇਰੇ ਜੀਵਨ ਦਾ ਬੇੜਾ ਪਾਰ ਲੱਗ ਗਿਆ, ਆ ਫੜ ਆਪਣੀ ਮੁੰਦਰ, ਅਸੀਂ ਤੈਨੂੰ ਉਦੋਂ ਤੋਂ ਜਾਣਦੇ ਹਾਂ, ਤੂੰ ਤੇ ਵਡੇਰੀ ਉਮਰ ਦਾ ਮਾਣ ਕਰਦਾ। ਚਰਨੀ ਢਹਿ ਪਿਆ ਮਹਾਰਾਜ ਨੇ, ਸੱਚੇ ਪਾਤਸ਼ਾਹ ਹੁਣਾ ਚੱਕ ਦੋ ਪਰਦਾ, ਦਰਸ਼ਨ ਦਿਓ ਮਹਾਰਾਜ, ਦਰਸ਼ਨ ਉਸ ਗੁਰੂ ਦੇ, ਦਰਸ਼ਨ ਦੋਕ ਲੈਣਾ ਪੜਨਾ ਹੈ, ਦਰਸ਼ਨ ਸੋ ਕਉ ਟਲ ਗੁਰ ਸੇਵੀ ਹੈ, ਅਹਿਨ ਸਹਿਜ ਸੁਭਾਏ, ਦਰਸ਼ਨ ਪਰਸੀ ਹੈ ਗੁਰੂ ਕੈ ਜਨਮ ਮਰਨ। ਕਿਉਂ ਜੋਗੀ ਆ ਦੁਨੀਆਂ ਦੀ ਵਡਿਆਈ ਵਿੱਚ ਲੱਗਿਆ ਹੈ, ਕੀ ਸਵਰਗ ਕਿਸੇ ਨੂੰ ਦੇਗਾ, ਜੇ ਲੈਣੇ ਆ ਉਹ ਖੁਰਾਕ ਲੈ ਲੈ, ਹੋਏ ਮੁਕਤੀ ਲੈ ਲੈ, ਗੁਰੂ ਦੇ ਚਰਨਾਂ ਵਿੱਚੋਂ ਮਿਲਦੀ ਹੈ। ਸੋ ਆਓ ਜਦੋਂ ਸੱਚੇ ਦਰਸ਼ਨ ਹੁੰਦੇ ਨਾ, ਅੰਦਰੋਂ ਚਾਹ ਖੁਸ਼ੀ, ਦੋ ਪ੍ਰਕਾਰ ਦੇ ਦਰਸ਼ਨ, ਦੋ ਪ੍ਰਕਾਰ ਦੇ, ਇੱਕ ਨੇ ਸਤਿਗੁਰਾਂ ਦੇ ਸਰਗੁਣ ਸਰੂਪ ਦੇ ਬਾਹਰੋਂ ਦਰਸ਼ਨ ਹੋ ਰਹੇ ਨੇ, ਇੱਕ ਅੰਦਰੋਂ ਨਿਰਗੁਣ ਨਿਰਗੁਣ ਦੇ ਦੀਦਾਰ ਹੋ ਰਹੇ ਨੇ, ਨਿਰਗੁਣ ਸਰੂਪ ਦੇ ਰੱਬ ਪ੍ਰਗਟ ਹੋ ਗਿਆ, ਅੰਦਰੋਂ ਦਰਸ਼ਨ ਹੋ ਰਹੇ। ਇੱਕ ਆ ਅੱਖਾਂ ਬਾਹਰ ਦੀਆਂ ਅੱਖਾਂ ਗੁਰੂ ਦੇ ਦਰਸ਼ਨ ਦੀਦਾਰ ਕਰਦੀਆਂ ਨੇ, ਇੱਕ ਹਿਰਦੇ ਰੂਪੀ ਅੰਦਰ ਦੀਆਂ ਅੱਖਾਂ ਸਤਿਗੁਰੂ ਦੇ ਦਰਸ਼ਨ ਦੇ ਦੀਦਾਰ ਦਰਸ਼ਨ ਦੀਦਾਰ ਕਰ ਰਹੀਆਂ। ਜਿਹੜੇ ਕਹਿੰਦੇ ਅੱਖਾਂ ਬਾਝੋਂ ਵੇਖਣਾ ਬਿਨ ਕੰਨਾਂ ਸੁਣਨਾ, ਜੀਭਾਂ ਬਾਝੋਂ ਬੋਲਣਾ ਤੋ ਜੀਵਤ ਵਰਨਾ, ਪੈਰਾਂ ਬਾਝੋਂ ਚੱਲਣਾ ਬਿਨ ਹੱਥਾਂ ਕਰਨਾ, ਜੀਭਾਂ ਬਾਝੋਂ ਬੋਲਣਾ ਤੋ ਜੀਵਤ ਮਰਨਾ, ਨਾਨਕ ਹੁਕਮ ਪਛਾਣ ਕੇ ਤੋ ਖਸਮ ਹੈ ਮਿਲਣਾ। ਉਹਦੇ ਹੁਕਮ ਨੂੰ ਅੰਦਰੋਂ ਹੀ ਆਨੰਦ, ਭਾਵੇਂ ਕੋਈ ਅੱਖਾਂ ਨੇਤਰ ਹੈ ਵੀ ਨਹੀਂ, ਉਹ ਅੰਨਿਆਂ ਨੂੰ ਵੀ ਉਹ ਵਸਤੂ ਨਜ਼ਰ ਆਉਂਦੀ ਹੈ। ਸੋ ਆਓ ਦਰਸ਼ਨ, ਦੋਏ ਪ੍ਰਕਾਰ ਦੇ ਦਰਸ਼ਨ, ਇੱਕ ਸਤਿਗੁਰਾਂ ਦੇ ਪ੍ਰਤੱਖ ਦਰਸ਼ਨ, ਇੱਕ ਕਾਲ ਪੁਰਖ ਨਿਰਗੁਣ ਸਰੂਪ ਦੇ ਦਰਸ਼ਨ ਹੋ ਰਹੇ ਨੇ। ਖੁਸ਼ੀਆਂ ਦਾ ਮਾਹੌਲ ਹੋਇਆ, ਖੇੜਾ ਚੜ ਗਿਆ। ਹੋਇਆ ਖੁਸ਼ੀ ਦਾ ਮਾਹੌਲ, ਬੜਾ ਚਾਹ ਚੜਿਆ, ਮੈਨੂੰ ਲੱਗ ਗਈਆਂ ਮੌਜਾਂ, ਮੈਂ ਅੰਦਰ ਵੜਿਆ। ਹੋਇਆ ਖੁਸ਼ੀ ਦਾ ਮਾਹੌਲ, ਬੜਾ ਚਾਹ ਚੜਿਆ, ਲੱਗ ਗਈਆਂ ਮੌਜਾਂ, ਮੈਂ ਅੰਦਰ ਵੜਿਆ, ਲੱਗ ਗਈਆਂ ਮੌਜਾਂ, ਮੈਂ ਅੰਦਰ ਵੜਿਆ। ਖੇਡਣੇ ਉਹ ਬੜੇ ਹੀ ਨਿਆਰੇ ਗੁਰਾਂ ਦੇ, ਖੇਡਣੇ ਉਹ ਬੜੇ ਹੀ ਨਿਆਰੇ ਗੁਰਾਂ ਦੇ, ਅੱਜ ਸੱਚੀ ਮੁੱਚੀ ਹੋ ਗਏ ਦੀਦਾਰੇ ਗੁਰਾਂ ਦੇ, ਸੱਚੀ ਮੁੱਚੀ ਹੋ ਗਏ ਦੀਦਾਰੇ ਗੁਰਾਂ ਦੇ, ਅੱਜ ਸੱਚੀ ਮੁੱਚੀ ਹੋ ਗਏ ਦੀਦਾਰੇ ਗੁਰਾਂ ਦੇ, ਅੱਜ ਸੱਚੀ ਮੁੱਚੀ ਹੋ ਗਏ ਦੀਦਾਰੇ ਗੁਰਾਂ ਦੇ, ਸੱਚੀ ਮੁੱਚੀ ਹੋ ਗਏ ਦੀਦਾਰੇ ਗੁਰਾਂ ਦੇ, ਅੱਜ ਸੱਚੀ ਮੁੱਚੀ ਹੋ ਗਏ ਦੀਦਾਰੇ ਗੁਰਾਂ ਦੇ, ਮੁੱਚੀ ਹੋ ਗਏ ਦੀਦਾਰੇ ਗੁਰਾਂ ਦੇ, ਜਿਵੇਂ ਆਸਮਾਂ ਚੋ ਤਾਰਿਆਂ ਦੀ ਰਾਤ ਖਿੜ ਗਈ, ਆਸਮਾਂ ਚੋ ਤਾਰਿਆਂ ਦੀ ਰਾਤ ਖਿੜ ਗਈ, ਖੁੱਲ ਗਈ ਹੈ ਜਾਗ ਵਿਛੜੀ ਸੀ ਚਿਰਾਂ ਦੀ, ਖੁੱਲ ਗਈ ਹੈ ਜਾਗ ਵਿਛੜੀ ਸੀ ਚਿਰਾਂ ਦੀ,
ਬੜੇ ਨੇ ਉਹ ਅੱਜ ਬਨ ਨਜ਼ਾਰੇ ਗੁਰਾਂ ਦੇ ਬੜੇ ਨੇ ਉਹ ਅੱਜ ਬਨ ਨਜ਼ਾਰੇ ਗੁਰਾਂ ਦੇ ਸੱਚੀ ਮੁੱਚੀ ਹੋ ਗਏ ਦਿਦਾਰੇ ਗੁਰਾਂ ਦੇ ਸੱਚੀ ਮੁੱਚੀ ਹੋ ਗਏ ਦਿਦਾਰੇ ਗੁਰਾਂ ਦੇ ਅੱਜ ਸੱਚੀ ਮੁੱਚੀ ਹੋ ਗਏ ਦਿਦਾਰੇ ਗੁਰਾਂ ਦੇ ਸੱਚੀ ਮੁੱਚੀ ਹੋ ਗਏ ਦਿਦਾਰੇ ਗੁਰਾਂ ਦੇ ਅੱਜ ਸੱਚੀ ਮੁੱਚੀ ਹੋ ਗਏ ਦਿਦਾਰੇ ਗੁਰਾਂ ਦੇ ਸੱਚੀ ਮੁੱਚੀ ਹੋ ਗਏ ਦਿਦਾਰੇ ਗੁਰਾਂ ਦੇ ਜਿਵੇਂ ਸਾਉਣ ਦੇ ਮਹੀਨੇ ਲੱਗੀ ਮੀਂਹ ਦੀ ਝੜੀ ਸਾਉਣ ਦੇ ਮਹੀਨੇ ਲੱਗੀ ਮੀਂਹ ਦੀ ਝੜੀ ਉਹ ਪੀਲੇ ਰੱਜ ਰੱਜ ਮੁੱਦਤਾਂ ਦੀ ਪਿਆਸੀ ਸੀ ਬੜੀ ਪੀਲੇ ਰੱਜ ਰੱਜ ਮੁੱਦਤਾਂ ਦੀ ਪਿਆਸੀ ਸੀ ਬੜੀ ਦੱਸੇ ਜਾਣਦਾ ਉਹ ਮੈਥੋਂ ਵਰ ਤਾਰੇ ਗੁਰਾਂ ਦੇ ਜਾਣਦਾ ਉਹ ਦੱਸੇ ਵਰ ਤਾਰੇ ਗੁਰਾਂ ਦੇ ਅੱਜ ਸੱਚੀ ਮੁੱਚੀ ਹੋ ਗਏ ਸੱਚੀ ਮੁੱਚੀ ਹੋ ਗਏ ਦਿਦਾਰੇ ਗੁਰਾਂ ਦੇ ਅੱਜ ਸੱਚੀ ਮੁੱਚੀ ਹੋ ਗਏ ਦਿਦਾਰੇ ਗੁਰਾਂ ਦੇ ਸੱਚੀ ਮੁੱਚੀ ਹੋ ਗਏ ਦਿਦਾਰੇ ਗੁਰਾਂ ਦੇ ਸੱਚੀ ਮੁੱਚੀ ਹੋ ਗਏ ਦਿਦਾਰੇ ਗੁਰਾਂ ਦੇ ਅੱਜ ਸੱਚੀ ਮੁੱਚੀ ਹੋ ਗਏ ਦਿਦਾਰੇ ਗੁਰਾਂ ਦੇ ਸੱਚੀ ਮੁੱਚੀ ਹੋ ਗਏ ਦਿਦਾਰੇ ਗੁਰਾਂ ਦੇ ਜਿਵੇਂ ਚਮਕਦੀ ਬਿਜਲੀ ਲਿਸ਼ਕ ਮਾਰਦੀ ਜਿਵੇਂ ਚਮਕਦੀ ਬਿਜਲੀ ਲਿਸ਼ਕ ਮਾਰਦੀ ਓਏ ਅੰਦਰੋਂ ਸੱਜਣਾ ਨਾ ਜੁੜੀ ਤਾਰ ਜੀ ਅੰਦਰੋਂ ਸੱਜਣਾ ਦੀ ਜੁੜੀ ਤਾਰ ਜੀ ਇੱਥੇ ਖੁੱਲੇ ਰਹਿੰਦੇ ਸਦਾ ਹੀ ਭੰਡਾਰੇ ਗੁਰਾਂ ਦੇ ਖੁੱਲੇ ਰਹਿੰਦੇ ਸਦਾ ਹੀ ਭੰਡਾਰੇ ਗੁਰਾਂ ਦੇ ਅੱਜ ਸੱਚੀ ਮੁੱਚੀ ਹੋ ਗਏ ਸੱਚੀ ਮੁੱਚੀ ਹੋ ਗਏ ਦਿਦਾਰੇ ਗੁਰਾਂ ਦੇ ਅੱਜ ਸੱਚੀ ਮੁੱਚੀ ਹੋ ਗਏ ਦਿਦਾਰੇ ਗੁਰਾਂ ਦੇ ਸੱਚੀ ਮੁੱਚੀ ਹੋ ਗਏ ਦਿਦਾਰੇ ਗੁਰਾਂ ਦੇ ਅੱਜ ਸੱਚੀ ਮੁੱਚੀ ਹੋ ਗਏ ਦਿਦਾਰੇ ਗੁਰਾਂ ਦੇ ਅੱਜ ਸੱਚੀ ਮੁੱਚੀ ਹੋ ਗਏ ਦਿਦਾਰੇ ਗੁਰਾਂ ਦੇ ਰਾਗ ਰਾਮ ਕਲੀ ਮਹਿਲਾ ਤੀਜਾ ਆਨੰਦ ਏਕੋ ਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਦਾ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ ਸ਼ਬਦ ਤੋਂ ਤਾਂ ਗਾਵੋ ਹਰੀ ਕੇ ਰਾਮਨ ਜਿਵੀ ਵਸਾਇਆ ਨਾਨਕ ਨੰਦ ਹੋਆ ਸਤਿਗੁਰੂ ਮੈਂ ਪਾਇਆ ਹੇ ਮਨ ਮੇਰਿਆ ਤੂੰ ਸਦਾ ਰਹੋ ਹਰਨਾ ਦੇ ਅਰਦਾਸ ਰਹੋ ਤੂੰ ਮਨ ਮੇਰੇ ਦੂਖ ਸਭ ਸਾਰਨਾ ਕੀ ਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਗਲਾ ਸਮਰੱਥ ਸੁਆਮੀ ਸੋ ਕਿਉਂ ਮਨੋ ਵਸਾਰੇ ਉਹ ਕਹਿ ਨਾਨਕ ਮਨ ਮੇਰੇ ਸਦਾ ਰਹੋ ਸਾਹਿਬਾ ਕਿਆ ਨਹੀਂ ਕਰਦੇ ਰਹਿ ਕਰਦਾ ਤੇਰੇ ਸਭ ਵਿੱਚ ਹੈ ਜਿਸ ਦੇ ਵਿੱਚ ਆਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਦੇ ਰਹਿ ਸਾਚਾ ਨਾਮ ਮਿਲਾਇਆ ਦਾਰੋ ਸੱਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਾਧ ਗਵਾਈਆਂ ਘਰ ਜਾਨ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਗੁਰਬਾਨ ਕਿਤਾ ਗੁਰ ਵਿਟ ਹੋ ਜਿਸ ਦੀ ਆਏ ਵਡਿਆਈਆਂ ਕਹਿੰਦਾ ਨਾਨਕ ਸੁਣੋ ਸੰਤੋ ਸ਼ਬਦ ਕਰੋ ਪਿਆਰੋ ਸਾਚਾ ਨਾਮ ਮਿਲਾਇਆ ਧਾਰੋ ਵਾਜੇ ਪੰਜ ਸ਼ਬਦ ਜਿਤ ਕਰ ਕਿਰਪਾ ਕਰ ਕਿਰਪਾ ਕਰ ਸ਼ਬਦ ਵਾਜੇ ਕਲਾ ਜਿਤ ਕਰ ਤਾਰੀਆਂ ਪੰਜ ਦੂਰ ਤੁਲ ਵਸ ਕੀਤੇ ਕਾਲ ਕੰਟ ਕੁਮਾਰਿਆ ਤੁਧ ਕਰਮ ਪਾਇਆ ਤੁਲ ਜਿਨ ਕੋਸੇ ਨਹਾਮ ਹਰ ਕੇ ਆਗੇ ਕਹਿੰਦਾ ਨਾਨਕ ਤੈ ਸੁਖ ਹੋਵਾ ਤਿਤ ਅਨੰਦ ਸੁਣੋ ਵੰਡ ਪਾਗਿਓ ਸਗਲਨੋ ਪੂਰੇ ਵਾਰ ਪਰਮ ਪ੍ਰਭ ਪਾਇਆ ਉਤਰੇ ਸਗਲ ਵਸੂਰੇ ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰ ਤੇ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨੀਤ ਕਹਿ ਤੇ ਪਵਿੱਤ ਸਤਿਗੁਰ ਰਹਿਆ ਪ੍ਰਭੂ ਗੁਰ ਚਰਨ ਲਾਗੇ ਬਜੇ ਅਨੰਦ ਸੂਰੇ ਸੋ ਪਵਣ ਗੁਰੂ ਪਾਣੀ ਪਿਤਾ ਮਾਤਾ ਸਰ ਤੁਮਹਾਰ ਜਿਸ ਰਾਤ ਤੋਂ ਗਾਈ
ਮੈਂ ਸਗਲ ਜਗ ਉੱਤੇ ਆਇਆ ਬੁਰਿਆਇਆ ਵਾਚੈ ਧਰਮ ਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਉਹ ਜਿੰਦੀ ਨਾਮ ਤੇ ਆਇਆ ਹੈ ਬਸਤ ਕਾਲ ਨਾਨਕ ਤੇ ਮੁਖ ਜਲੇ ਕੇਤੀ ਜੁਤੀ ਨਾਲ ਹਰ ਜਸ ਗਾਇਓ ਰੋਟਾ ਹਸੂਈ ਮਨ ਪਾਇਓ ਕਰ ਕਿਰਪਾ ਹਰ ਨਾਮ ਦਵਾਇਓ ਸਰਬ ਸੁਖ ਨਾ ਵਡਾਈ ਗੁਰ ਪ੍ਰਸਾਦ ਨਾਨਕ ਮਤ ਪਾਈ ਤੇਰਾ ਨਾਮ ਸਤ ਜੀ ਤੇਰਾ ਨਾਮ ਸਤ ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੂੰ ਠਾਕੁਰ।